ਅੱਖਾਂ ਤੇ ਪੱਟੀ ਬੰਨਣ ਦਾ ਨਾਟਕ ਹੁੰਦਾ ਤੇ ਬਿਨਾਂ ਦੇਖੇ ਤੋਂ ਕੋਈ ਚੀਜ਼ ਪੜ੍ਹੀ ਨਹੀਂ ਜਾ ਸਕਦੀ। ਹਾਂ, ਫਿਰ ਜਿਹੜਾ ਹੁੰਦਾ ਕਿ ਉਹ ਦਬਾ ਦਬ ਦੱਸ ਦਿੰਦੇ ਆ, ਰੰਗ ਦੱਸਦੇ, ਪੜ੍ਹ ਕੇ ਦੱਸਦਾ। ਇਹਦਾ ਮਤਲਬ ਹੁੰਦਾ ਕਿ ਜਦੋਂ ਅੱਖਾਂ ਤੇ ਪੱਟੀ ਬੰਨ ਦਿੱਤੀ ਗਈ ਹੈ, ਉਦੋਂ ਨੱਕ ਦੇ ਨਾਲ ਦੀ ਉਨੀ ਕੁ ਸਪੇਸ ਉਹ ਬਣਾਉਂਦਾ ਜਿਹਦੇ ਨਾਲ ਉਹਨੂੰ ਉਹ ਦਿਸਦਾ ਰਹਿੰਦਾ। ਡਰਾਮਾ ਤਾਂ ਸੁੰਘ ਕੇ ਪੜ੍ਹਨ ਦਾ ਕਰਦੇ ਆ। ਕੋਈ ਕਹਿੰਦਾ ਅਸੀਂ ਤੀਜੀ ਅੱਖ ਖੋਲ ਦਿੰਦੇ ਹਾਂ, ਕੋਈ ਕਹਿੰਦਾ ਅਸੀਂ ਬ੍ਰੇਨ ਨੂੰ, ਮਿਡ ਬ੍ਰੇਨ ਨੂੰ ਐਕਟੀਵੇਟ ਕਰ ਦਿੰਦੇ ਹਾਂ, ਵੀ ਉਹ ਕਹਿੰਦੇ ਵੀ ਅਸੀਂ ਦੇਖਣ ਦਾ ਕੰਮ ਆ ਜਿਹੜਾ ਉਹ ਨੱਕ ਤੋਂ ਸ਼ੁਰੂ ਕਰ ਦਿੰਦੇ ਹਾਂ, ਵੀ ਨੱਕ ਲੈ ਦੇਖ ਸਕਦਾ, ਨੱਕ ਰਾਹੀਂ ਸੁੰਘ ਕੇ ਪੜ੍ਹ ਸਕਦਾ। ਕੁੱਲ ਮਿਲਾ ਕੇ ਇਹ ਹੈ ਵੀ ਇਹ 100% ਫਰੌਡ ਆ, ਨੱਕ ਰਾਹੀਂ ਸੁੰਘ ਕੇ ਕੁਛ ਵੀ ਪੜ੍ਹਿਆ ਨਹੀਂ ਜਾ ਸਕਦਾ। ਜੇ ਫਿਰ ਵੀ ਕੋਈ ਇਹ ਕਹਿੰਦਾ ਵੀ ਉਹਦੇ ਕੋਲ ਟ੍ਰੇਨਿੰਗ ਵਾਲੀ ਵਧੀਆ, ਉਹਨੇ ਕੋਈ ਤੀਜੀ ਅੱਖ ਉਹਦੀ ਉਹ ਕਰਤੀ ਖੋਲ੍ਹਤੀ, ਉਹਨੇ ਕੋਈ ਮਿਡ ਬ੍ਰੇਨ ਐਕਟੀਵੇਟ ਕਰਤਾ, ਜੇ ਫਿਰ ਵੀ ਕਿਸੇ ਨੂੰ ਐਂ ਲੱਗਦਾ ਤਾਂ ਤਰਕਸ਼ੀਲ ਸੁਸਾਇਟੀ ਦਾ 5 ਲੱਖ ਦਾ ਨਾਮ ਆ ਪੰਜਾਬ ਦਾ, ਤਰਕਸ਼ੀਲ ਸੁਸਾਇਟੀ ਭਾਰਤ ਕਰੋੜ ਦਾ ਰੱਖੀ ਬੈਠੀ ਹੈ। ਤਰਕਸ਼ੀਲ ਸੁਸਾਇਟੀ ਵੱਲੋਂ ਅੱਖਾਂ ਬੰਦ ਕਰਨ ਤੋਂ ਬਾਅਦ ਪੜ੍ਹ ਸਕਦਾ ਹੋਵੇ ਤਾਂ ਇੰਨਾ ਇਨਾਮ ਮਿਲ ਸਕਦਾ। ਪਰ ਉਹ ਇੱਥੋਂ ਤੱਕ ਦਾਅਵਾ ਕਰਨੇ ਕਿ ਸਾਹਮਣੇ ਬੈਠੇ ਬੰਦੇ ਦੇ ਦਿਮਾਗ ਵਿੱਚ ਕੀ ਚੱਲ ਰਿਹਾ, ਅਸੀਂ ਉਹ ਵੀ ਦੱਸ ਦੇਵਾਂਗੇ, ਉਹ ਕਿਵੇਂ ਹੁੰਦਾ ਜੀ? ਤਰਕਸ਼ੀਲ ਸੁਸਾਇਟੀ ਦਾ ਚੈਲੇਂਜ ਹੈ ਕਿ ਕੋਈ ਨਹੀਂ ਦੱਸਦਾ, ਅਸੀਂ ਤਾਂ ਇਸ ਤੋਂ ਵੀ ਵੱਧ ਕਹਿੰਦੇ ਵੀ ਮੇਰੇ ਮਨ 'ਚ ਕੀ ਹੈ, ਮੈਂ ਮੁੱਕਰ ਵੀ ਸਕਦਾ ਨਾ, ਉਹ ਮੈਨੂੰ ਦੱਸੇ ਮੈਂ ਮੁੱਕਰ ਜਾ, ਮੈਂ ਉਹ ਗੱਲ ਲਿਖ ਲੂੰ ਨਾਲ ਦੀ ਨਾਲ, ਉਹ ਬਾਅਦ 'ਚ ਦੱਸਦੇ, ਨਾਲੇ ਇੱਥੋਂ ਤਸਦੀਕ ਹੋ ਸਕਦੀ ਹੈ ਵੀ ਮੈਂ ਕੀ ਲਿਖਿਆ, ਮੇਰੇ ਮਨ 'ਚ ਉਹੀ ਜੋ ਮੈਂ ਲਿਖਿਆ ਉਹ ਦੱਸਦੇ ਸੀ ਤਰਕਸ਼ੀਲ ਸੁਸਾਇਟੀ ਦਾ 5 ਲੱਖ ਦਾ ਨਾਮ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ, ਪੜ੍ਹਿਆ ਲਿਖਿਆ ਜ਼ਮਾਨਾ, ਵੀ ਘਰ ਜਿਹੜੇ ਮਾਪੇ ਆ ਉਹ ਕਿਉਂ ਭੇਜਦੇ ਆ ਅਜਿਹੀਆਂ ਥਾਵਾਂ ਸਿੱਖਣ ਦੇ ਲਈ? ਇੱਕ ਨੂੰ ਲੱਗਦਾ ਕਿ ਸਾਡਾ ਬੱਚਾ ਵੱਖਰਾ ਹੋ, ਸਾਡਾ ਬੱਚਾ ਤਾਂ ਦੁਨੀਆ 'ਚੋਂ ਅਲੱਗ ਤਰ੍ਹਾਂ ਦਾ, ਅਤੇ ਜੇ ਹੁਣ ਕਿਸੇ ਦੇ ਬੱਚੇ ਨੂੰ ਜਿਹਨੂੰ ਖੋਲ੍ਹ ਕੇ ਕਿਤਾਬ ਤਾਂ ਪੜ੍ਹਨੀ ਨਹੀਂ ਆਉਂਦੀ ਅਤੇ ਉਹ ਅੱਖਾਂ ਬੰਨ੍ਹ ਕੇ ਕਿਤਾਬ ਪੜ੍ਹਨ ਲੱਗ ਜੇ, ਫਿਰ ਹੋਰ ਕੀ ਚਾਹੀਦਾ? ਸਾਡੇ ਕੋਲ ਤਾਂ ਹੁਣ ਕਹੀ ਜਾਣਗੇ ਫਲਾਣਾ ਬੰਦਾ ਸਾਡੇ ਨਾਲ ਬਾਬਾ ਠੱਗੀ ਮਾਰ ਗਿਆ, ਜਦੋਂ ਪੁੱਛੀ ਤਾਂ ਕਾਹਦੇ ਵਾਸਤੇ ਮਾਰ ਗਿਆ? ਭਾਈ ਸਾਡੇ ਨਾਲ ਜੀ ਲਾਦ ਨਹੀਂ ਸੀ ਹੁੰਦੀ, ਫਿਰ ਭਾਈ ਹੋ ਗਈ ਨਾ, ਹੋਈ ਨਹੀਂ ਤਾਂ ਹੀ ਤਾਂ ਸਾਡੇ ਨਾਲ ਠੱਗੀ ਵੱਜ ਗਈ, ਵੀ ਜਦੋਂ ਲਾਦ ਨਹੀਂ ਹੁੰਦੀ ਉਦੋਂ ਸਾਨੂੰ ਨਹੀਂ ਪੁੱਛਣ ਆਉਂਦੇ, ਅਸੀਂ ਤਾਂ ਫਿਰ ਇੱਕੋ ਹੀ ਕਹਿੰਦੇ ਹੁੰਦੇ ਭਾਈ ਪਹਿਲਾਂ ਆਉਣਾ ਸੀ, ਲੁੱਟ ਖਾਣ ਤੋਂ ਪਹਿਲਾਂ ਆਉਣਾ ਸੀ, ਲੁੱਟ ਖਾਣ ਤੋਂ ਪਹਿਲਾਂ ਪਰਖ ਕਰੋ। ਫਿਰ ਉੱਥੇ ਤਾਂ ਫਲਾਣਾ ਮੰਤਰੀ ਜਾਂਦਾ, ਉੱਥੇ ਤਾਂ ਫਲਾਣਾ ਲੀਡਰ ਜਾਂਦਾ, ਉੱਥੇ ਤਾਂ ਅਫਸਰ ਜਾਂਦਾ, ਉਹਦੇ ਕੋਲ ਕੁਛ ਹੋਊ ਨਾ, ਜਾਣੀ ਜਿਹੜੇ ਬੰਦੇ ਉਹਨਾਂ ਕੋਲ ਜਾਂਦੇ ਉਹਨਾਂ ਨੂੰ ਪ੍ਰੀ ਫੀਡ ਆ ਕਿ ਜਿੱਥੇ ਤੁਸੀਂ ਆਏ ਹੋ ਇਹ ਤਾਂ ਬਹੁਤ ਪਹੁੰਚਿਆ ਵੈਸੇ, ਅਤੇ ਜਿਹਦੇ ਕਰਕੇ ਸਾਡੇ ਲੋਕ ਪਰਖ ਨਹੀਂ ਕਰਦੇ। ਲੋਕਵਾਜ ਟੀਵੀ ਨਾਲ ਜੁੜਿਆ ਤੁਸੀਂ, ਮੈਂ ਮੁਮਤਾਜ। ਅੱਜ ਕੱਲ੍ਹ ਅੱਖਾਂ ਬੰਦ ਕਰਕੇ ਸੈਂਸਾਂ ਦੇ ਨਾਲ ਪੜ੍ਹਨ ਵਾਲੇ ਬੱਚੇ ਬਹੁਤ ਵਾਇਰਲ ਹੋ ਰਹੇ ਆ, ਜਿਹੜੇ ਸੁੰਘ ਕੇ ਪੜ੍ਹ ਲੈਂਦੇ ਆ, ਆਪਣੀ ਸਕਿਨ ਦੇ ਨਾਲ ਸਮਾਨ ਨੂੰ ਟੱਚ ਕਰਕੇ ਪੜ੍ਹ ਲੈਂਦੇ ਆ, ਰੰਗ ਦੱਸ ਦਿੰਦੇ ਆ ਅਤੇ ਚੀਜ਼ ਦੱਸ ਦਿੰਦੇ ਆ ਕਿ ਕਿਹੜੀ ਇਹ ਚੀਜ਼ ਹੈ, ਪਰ ਉਸਦੇ ਵਿੱਚ ਹਕੀਕਤ ਕੀ ਹੈ, ਕੀ ਇਸ ਤਰ੍ਹਾਂ ਹੁੰਦਾ ਆ, ਕੀ ਕੋਈ ਬੱਚਾ ਜਾਂ ਵਿਅਕਤੀ ਅੱਖਾਂ ਬੰਦ ਕਰਕੇ ਕੁਝ ਦੇਖ ਪੜ੍ਹ ਸਕਦਾ? ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਤਰਕਸ਼ੀਲ ਸੁਸਾਇਟੀ ਤੋਂ ਸਾਡੇ ਨਾਲ ਰਜਿੰਦਰ ਭਦੌੜ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ ਅੰਤੋਜ, ਠੀਕ ਠਾਕ ਹੋ? ਬਿਲਕੁਲ। ਅੱਛਾ, ਜਿਵੇਂ ਆਪਾਂ ਗੱਲ ਕੀਤੀ ਕਿ ਬੱਚਿਆਂ ਦੀ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਪਿਛਲੇ ਲੰਬੇ ਸਮੇਂ ਤੋਂ, ਕਿ ਕੋਈ ਪੱਟੀ ਬੰਨ ਰਿਹਾ, ਕੋਈ ਅੱਖਾਂ ਬੰਦ ਰੂੰ ਲਾ ਕੇ ਬੰਦ ਕਰ ਰਿਹਾ, ਤੇ ਉਹਨੂੰ ਕਹਿੰਦੇ ਆ ਕਿ ਆਹ ਰੰਗ ਦੱਸ ਦੇ, ਉਹ 1 ਮਿੰਟ ਵਿੱਚ ਦੱਸ ਦਿੰਦਾ, ਫਿਰ ਕਹਿੰਦੇ ਆ ਕਿ ਇਹਦੇ ਉੱਤੇ ਕੀ ਲਿਖਿਆ ਉਹ ਦੱਸ ਦਿਓ, ਉਹ 1 ਮਿੰਟ ਵਿੱਚ ਦੱਸ ਦਿੰਦਾ, ਉਹ ਕਿਵੇਂ ਹੁੰਦਾ ਜੀ? ਸਭ ਤੋਂ ਪਹਿਲਾਂ ਤਾਂ ਦੇਖੋ, ਇੱਕ ਤਾਂ ਸਾਰੇ ਹੀ ਦਰਸ਼ਕਾਂ ਨੂੰ ਦੱਸ ਦਈਏ ਵੀ ਇਹ ਇਹਨਾਂ ਦਾ ਸੀਜ਼ਨ ਹੁੰਦਾ ਮਾਰਚ ਵਾਲੇ ਇਮਤਿਹਾਨਾਂ ਤੋਂ ਲੈ ਕੇ ਜੂਨ ਵਾਲੀਆਂ ਛੁੱਟੀਆਂ ਤੱਕ, ਉਦੋਂ ਹੀ ਸਰਗਰਮ ਹੁੰਦੇ ਆ ਬੱਚੇ, ਥੋੜ੍ਹੇ ਰਿਲੈਕਸ ਹੁੰਦੇ ਆ, ਮਾਪਿਆਂ ਨੂੰ ਵੀ ਹੁੰਦਾ ਵੀ ਇਸ ਫਰੀ ਜੇ ਟਾਈਮ ਦਾ, ਰਿਲੈਕਸ ਟਾਈਮ ਦਾ ਕੋਈ ਫਾਇਦਾ ਉਠਾ ਲਈਏ। ਜਿੱਥੋਂ ਤੱਕ ਅੱਖਾਂ 'ਤੇ ਪੱਟੀ ਬੰਨ੍ਹ ਕੇ ਦੇਖਣ ਦਾ ਸਵਾਲ ਹੈ, ਅੱਖਾਂ 'ਤੇ ਪੱਟੀ ਬੰਨ੍ਹਣ ਦਾ ਨਾਟਕ ਹੁੰਦਾ, ਇਹ ਨਹੀਂ ਕਿ ਉਹਨੂੰ ਦਿਸਣੋਂ ਬੰਦ ਕੀਤਾ ਜਾਂਦਾ, ਠੀਕ ਹੈ? ਤਰਕਸ਼ੀਲ ਸੁਸਾਇਟੀ ਦਾ ਇਹੀ ਕਹਿਣਾ ਹੈ ਕਿ ਅੱਖਾਂ ਦਾ ਕੰਮ ਦੇਖਣਾ ਹੈ ਅਤੇ ਬਿਨਾਂ ਦੇਖੇ ਤੋਂ ਕੋਈ ਚੀਜ਼ ਪੜ੍ਹੀ ਨਹੀਂ ਜਾ ਸਕਦੀ। ਹਾਂ, ਫਿਰ ਜਿਹੜਾ ਹੁੰਦਾ ਕਿ ਉਹ ਦਬਾ ਦਬ ਦੱਸ ਦਿੰਦੇ ਆ, ਰੰਗ ਦੱਸਦੇ, ਪੜ੍ਹ ਕੇ ਦੱਸਦਾ, ਇਹਦਾ ਮਤਲਬ ਹੁੰਦਾ ਕਿ ਜਦੋਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ ਹੈ, ਕੋਈ ਉੱਥੇ ਪੇੜੇ ਰੱਖ ਲੈਂਦਾ ਆਟੇ ਦੇ, ਕੋਈ ਰੂੰ ਰੱਖ ਲੈਂਦਾ, ਉਹ ਕੁਛ ਰੱਖ ਲਿਓ, ਸਾਰਾ ਇੱਕ ਪ੍ਰੋਫੈਸ਼ਨਲ ਬੰਦੇ ਦਾ ਆਪਣਾ ਜੁਗਾੜ ਹੁੰਦਾ ਜੀ, ਉਹ ਨੱਕ ਦੇ ਨਾਲ ਦੀ ਉਨੀ ਕੁ ਸਪੇਸ ਉਹ ਬਣਾਉਂਦਾ
ਜਿਹਦੇ ਨਾਲ ਉਹਨੂੰ ਉਹ ਦਿਸਦਾ ਰਹਿੰਦਾ। ਡਰਾਮਾ ਤਾਂ ਸੁੰਘ ਕੇ ਪੜ੍ਹਨ ਦਾ ਕਰਦੇ ਆ, ਪਰ ਚੀਜ਼ ਨੂੰ ਇੰਨਾ ਨੇੜੇ ਲੈ ਜਾਂਦੇ, ਜਿਹੜੀ ਨੱਕ ਦੇ ਨਾਲ ਦੀ ਸਪੇਸ ਹੁੰਦੀ ਹੈ ਕਿ ਉੱਥੇ ਨਜ਼ਰ ਆ ਜਾਵੇ। ਰੰਗ ਦਾ ਤਾਂ ਬਹੁਤ ਸੌਖਾ ਕਿ ਘਰ ਝਲਕ ਪਈ ਅਤੇ ਦੱਸਤਾ ਅਤੇ ਓਕੇ। ਜਿਹੜਾ ਬਾਅਦ 'ਚ ਕੀ ਕਰਦੇ ਆ, ਐਵੇਂ ਇੱਥੇ ਲਾ ਲਿਆ, ਇੱਥੇ ਲਾ ਲਿਆ, ਐਂ ਠੋਲਾ ਮਾਰ ਲਿਆ, ਇਹ ਸਾਰਾ ਇੱਕ ਨਾਟਕ ਹੀ ਪੇਸ਼ਕਾਰੀ ਹੈ। ਵੀ ਪਹਿਲਾਂ ਦੇਖ ਲਿਆ ਵੀ ਕੀ ਹੈ, ਉਦੋਂ ਬਾਅਦ ਉਹ ਦਿਖਾ ਕੇ ਵੀ ਨਹੀਂ ਦੇਖਿਆ ਨਹੀਂ ਹੈ, ਇਹਦਾ ਇੱਥੇ ਸਿਰ 'ਤੇ ਲੈ ਗਿਆ, ਇਹਦਾ ਐਂ ਟੱਚ ਕਰਕੇ ਦੇਖਿਆ। ਕਹਿਣ ਦਾ ਮਤਲਬ ਕੀ ਹੈ, ਉਹ ਡਰਾਮਾ ਇੱਕ ਹੋਰ ਜਿਹੜਾ ਕਰਦੇ, ਉਹ ਇਹ ਕਹਿੰਦੇ ਆ ਵੀ ਜਿਹੜੀਆਂ ਸੈਂਸਿਸ ਨੇਗੀਆਂ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਗਿਆਨ ਵਾਸਤੇ ਪੰਜ ਗਿਆਨ ਇੰਦਰੀਆਂ ਜਿਹੜੀਆਂ ਸਾਨੂੰ ਕਿਸੇ ਚੀਜ਼ ਦਾ ਅਨੁਭਵ ਦੱਸਦੀਆਂ ਕੀ ਆ, ਜਿਹਨਾਂ 'ਚ ਆਪਾਂ ਲਾ ਲਓ ਵੀ ਅੱਖਾਂ ਆ ਗਈਆਂ, ਨੱਕ ਆ ਗਿਆ, ਕੰਨ ਆ ਗਏ, ਜੀਭ ਆ ਗਈ, ਇੱਕ ਚਮੜੀ ਉਹ 'ਚ ਗਿਣੀ ਜਾਂਦੀ। ਚਮੜੀ ਦਾ ਮਤਲਬ ਹੁੰਦਾ ਵੀ ਆਹ ਛੋ ਕੇ ਛੂ ਕੇ ਕਰਕੇ ਮਹਿਸੂਸ ਕਰਕੇ। ਉਹ ਕਹਿੰਦੇ ਕੀ ਆ, ਉਹ ਕਹਿੰਦੇ ਅਸੀਂ ਬੱਚੇ ਦੇ ਆ, ਉਹ ਅੱਡ ਅੱਡ ਨਾਂ ਉਹਨਾਂ ਦਾ, ਕਿਸੇ ਦਾ ਵਿਜਡਮ ਆਫ ਮਾਇੰਡ ਆ, ਕੋਈ ਕਹਿੰਦਾ ਅਸੀਂ ਤੀਜੀ ਅੱਖ ਖੋਲ ਦਿੰਦੇ ਹਾਂ, ਕੋਈ ਕਹਿੰਦਾ ਅਸੀਂ ਬ੍ਰੇਨ ਨੂੰ ਮਿਡ ਬ੍ਰੇਨ ਨੂੰ ਐਕਟੀਵੇਟ ਕਰ ਦਿੰਦੇ ਹਾਂ, ਕਹਿੰਦੇ ਆ ਕਿ ਅਸੀਂ ਸੈਂਸ ਹੀ ਛੇਵੀਂ ਬਣਾ ਦਿੰਦੇ ਨਵੀਂ ਨਵੀਂ ਨਹੀਂ ਨਵੀਂ ਵਾਲੀ ਗੱਲ ਤਾਂ ਘੱਟ ਕਰਦੇ ਆ। ਉਹ ਕਹਿੰਦੇ ਅਸੀਂ ਇੱਕ ਇੱਕ ਸੈਂਸ ਤੋਂ ਹੋਰ ਸੈਂਸ ਦਾ ਕੰਮ ਲੈ ਸਕਦੇ ਹਾਂ, ਐਂ ਕਹਿ ਲਓ। ਜਿਵੇਂ ਆਪਾਂ ਐਂ ਕਹਿਣਾ ਹੋਵੇ ਵੀ ਉਹ ਕਹਿੰਦੇ ਵੀ ਅਸੀਂ ਦੇਖਣ ਦਾ ਕੰਮ ਆ ਜਿਹੜਾ ਉਹ ਨੱਕ ਤੋਂ ਸ਼ੁਰੂ ਕਰ ਦਿੰਦੇ ਹਾਂ, ਵੀ ਨੱਕ ਲੈ ਦੇਖ ਸਕਦਾ, ਨੱਕ ਰਾਹੀਂ ਸੁੰਘ ਕੇ ਪੜ੍ਹ ਸਕਦਾ। ਕੁੱਲ ਮਿਲਾ ਕੇ ਇਹ ਹੈ ਵੀ ਇਹ 100% ਫਰੋਡ ਆ, ਨੱਕ ਰਾਹੀਂ ਸੁੰਘ ਕੇ ਕੁਛ ਵੀ ਪੜ੍ਹਿਆ ਨਹੀਂ ਜਾ ਸਕਦਾ। ਮਸਲਨ ਆਪਾਂ ਇਹ ਕਹਿ ਲਓ ਕਿ ਆਪਣੇ ਮਗਰ ਤਰਕਸ਼ੀਲ ਸੁਸਾਇਟੀ ਦਾ ਜੋ ਕੋਈ ਵੀ ਇਹ ਤਰਕਸ਼ੀਲ ਲਿਖਿਆ ਹੋਇਆ, ਜੇ ਨੱਕ ਦੀ ਸੈਂਸਿਟੀਵਿਟੀ ਦੀ ਗੱਲ ਕਰਾਂਗੇ, ਹੁਣ ਇਹੋ ਜਿਹੀ ਅੱਜ ਤੱਕ ਤਾਂ ਕੋਈ ਉਹ ਨਹੀਂ ਹੋਇਆ ਵੀ ਇੱਕੋ ਹੀ ਪ੍ਰਿੰਟਿੰਗ 'ਚੋਂ, ਪ੍ਰੈਸ 'ਚੋਂ ਇੱਕੋ ਹੀ ਕਾਗਜ਼ 'ਤੇ ਇੱਕੋ ਹੀ ਸ਼ਾਹੀ ਨਾਲ ਕੋਈ ਸ਼ਬਦ ਲਿਖਿਆ ਗਿਆ, ਉਹਨੂੰ 5 ਅੱਖਰ ਲੱਗਦੇ ਆ, ਵੀ ਤੱਤੇ 'ਚੋਂ ਹੋਰ ਸਮੈਲ ਆਈ, ਰਾਰੇ 'ਚੋਂ ਹੋਰ ਆਈ, ਕੱਕੇ 'ਚੋਂ ਹੋਰ ਆਈ, ਇਹ ਤਾਂ ਹੈ ਨਹੀਂ। ਜੇ ਇਹ ਨਹੀਂ ਹੈ ਤਾਂ ਫਿਰ ਉਹਨੂੰ ਪਤਾ ਕਿਵੇਂ ਲੱਗਿਆ ਵੀ ਤਰਕਸ਼ੀਲ ਲਿਖਿਆ, ਮੁੱਲ ਸਮੈਲ ਲਿਆ ਕੇ, ਐਂ ਤਾਂ ਕੋਈ ਕਹਿ ਸਕਦਾ ਵੀ ਸਾਹਮਣੇ ਵੀ ਇਹਦੇ ਕੋਈ ਫਲੈਕਸ ਪਈ ਹੈ, ਉਹਦੇ 'ਚੋਂ ਮੈਨੂੰ ਇਹੋ ਜਿਹੀ ਸਮੈਲ ਚੰਗੀ ਜਾਂ ਬੁਰੀ ਆ ਰਹੀ ਹੈ। ਕਹਿਣ ਦਾ ਮਤਲਬ ਇੰਨਾ ਕੀ ਹੈ ਕਿ ਉਹ ਸ਼ੋਅ ਕਰਦੇ ਆ ਕਿ ਅੱਖਾਂ 'ਤੇ ਪੱਟੀ ਬੰਨੀ ਹੈ, ਪਰ ਅਸਲ ਦੇ ਵਿੱਚ ਉਹ 'ਚ ਦੀਨਾ ਹੁੰਦਾ, ਕਿਉਂਕਿ ਤਰਕਸ਼ੀ ਸੁਸਾਇਟੀ ਜਦੋਂ ਬਣੀ 84 'ਚ ਦੇਖਿਆ ਕਿ ਜਾਦੂਗਰ ਨਾ ਸ਼ੋਅ ਕਰਦੇ ਹੁੰਦੇ ਸੀ, ਹੁਣ ਤਾਂ ਬਹੁਤ ਘੱਟ ਗਏ, ਕੁਛ ਤਾਂ ਜਾਦੂ ਸੁਸਾਇਟੀ ਨੇ ਬਹੁਤ ਦਿਖਾਤਾ, ਦੱਸਤਾ ਵੀ ਕੋਈ ਤੰਤਰਿਕ ਸ਼ਕਤੀ, ਗੈਬੀ ਸ਼ਕਤੀ, ਦੈਵੀ ਸ਼ਕਤੀ, ਭੋਰੇ 'ਚ ਬਹਿ ਕੇ ਭਗਤੀ ਕਰਨ ਦੀ ਲੋੜ ਨਹੀਂ ਹੁੰਦੀ, ਇਹ ਸਮਾਨ ਹੁੰਦਾ ਤਿਆਰ ਕਰਕੇ ਕੋਈ ਵੀ ਜਾਦੂ ਕਰ ਸਕਦਾ। ਤਾਂ ਹੁੰਦਾ ਕੀ ਸੀ, ਜਦੋਂ ਜਾਦੂਗਰ ਆ ਕੇ ਪਿੰਡਾਂ ਸ਼ਹਿਰਾਂ 'ਚ ਸ਼ੋਅ ਕਰਦੇ, ਉਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾਉਂਦੇ ਜੀ, ਸ਼ੁਰੂ 'ਚ ਅਸੀਂ ਸੁਣਿਆ ਵੀ ਅਰੇ ਐਂ ਕਿਵੇਂ ਚਲਾਉਂਦੇ, ਕਹਿੰਦੇ ਜੀ ਕੋਈ ਸ਼ੀਸ਼ੇ ਆਉਂਦੇ ਆ ਇਹੋ ਜਿਹੇ, ਉਹਦੇ ਵਿੱਚ ਉਹ ਕੱਪੜੇ ਵਿੱਚ ਦੀ ਦੇਖ ਸਕਦੇ ਆ। ਫਿਰ ਸਾਡੇ ਮਨ 'ਚ ਦੂਜਾ ਸਵਾਲ ਆ ਗਿਆ ਵੀ ਜੇ ਕਿਸੇ ਦੇ ਉਹ ਸ਼ੀਸ਼ੇ ਲੱਗੇ ਹੋਣ, ਐਨਕ ਲੱਗੀ ਹੋਵੇ, ਫਿਰ ਤਾਂ ਸਾਰੇ ਨੰਗੇ ਹੀ ਦਿਸਣਗੇ, ਜਦੋਂ ਉਹਨੂੰ ਸ਼ੀਸ਼ੇ ਵੀ ਦੀ ਸਾਰਾ ਕੁਛ ਦਿੰਦਾ ਗਾ, ਬੜਾ ਹੋਇਆ ਜਦੋਂ ਤਰਕਸ਼ੀ ਸੁਸਾਇਟੀ ਬਣ ਗਈ, ਸਾਰਾ ਕੁਛ ਦੇਖਿਆ। ਨਹੀਂ, ਪੱਟੀ ਬੰਨਣ 'ਚ ਇੱਕ ਕਲਾ, ਪੱਟੀ ਦੇ ਨਾਲ ਦੀ ਜਗ੍ਹਾ ਰੱਖੀ ਜਾਂਦੀ ਹੈ, ਉਹਦੇ 2-3 ਤਰੀਕੇ ਹੁੰਦੇ ਸੀ ਮੋਟੇ ਜਿਹੇ। ਇੱਕ ਤਾਂ ਇਹ ਵੀ ਉਹ ਪੱਟੀ ਇੰਨੀ ਵਿਰਲੀ ਹੁੰਦੀ ਕਿ ਉਹਦੇ ਵਿੱਚ ਦੀ ਦੂਸਰੇ ਨੂੰ ਲੱਗਦਾ ਕਿ ਕਾਲੇ ਰੰਗ ਦੀ ਹੈ, ਦਿਸ ਨਹੀਂ ਸਕਦਾ ਜੀ, ਜਾਂ ਕਿਸੇ ਨੂੰ ਚੈੱਕ ਕਰਾਉਣੀ ਹੈ ਪੱਟੀ ਹੋਰ, ਮੰਨ ਲਓ ਇੱਕ ਥੈਲਾ ਪਿਆ ਆਪਣੇ ਕੋਲ ਝੋਲੇ 'ਚ, ਆਪਾਂ ਦਿਖਾ ਵੀ ਸਕਦੇ ਹਾਂ, ਥੈਲਾ, ਥੈਲੇ ਦੇ ਵਿੱਚ ਦੂਰਾ ਦੂਰੇ ਕੱਪੜੇ ਦਾ ਥੈਲਾ ਬਣਾ ਲਿਆ ਜੀ, ਜਦੋਂ ਉਹਦੇ ਐਂ ਇਕੱਠੀਆਂ ਕਰ ਲਈਆਂ ਉਹ 4 ਤਾਂ ਹੈ ਦੂਰੇ ਕੱਪੜੇ ਦਾ, ਹੁਣ ਉਹਦੇ ਜਦੋਂ ਅਗਲੇ ਨੂੰ ਦਿਖਾਉਣਾ ਤਾਂ 3 ਤਾਂ ਹੈ ਇੱਕ ਪਾਸੇ, ਇੱਕ ਪਾਸੇ ਉਹ ਅਗਲੇ ਦੇ ਗਲ 'ਚ ਪਾਇਆ,
ਤਿੰਨ ਤਹਿਾਂ ਵਾਲਾ ਪਾਸਾ ਉਹ ਨਾਂ ਵੀ ਇਹਦੇ ਵਿੱਚ ਹੀ ਤਾਂ ਦਿਸਦਾ ਨਹੀਂ। ਜਦੋਂ ਮੋਟਰਸਾਈਕਲ ਚਲਾਉਣ ਵਾਲੇ ਦੇ ਪਾਉਣਾ ਤਾਂ ਇੱਕ ਪਾਸੇ ਵਾਲਾ ਮੂਹਰੇ ਕਰਕੇ ਪਾ ਲਿਆ ਅਤੇ ਉਹਦੇ ਵਿੱਚ ਹੀ ਤੁਸੀਂ ਕੋਈ ਆਮ ਕੱਪੜਾ ਲੈ ਲਓ ਉਹਦੇ ਵਿੱਚ ਹੀ ਬੜਾ ਵਧੀਆ ਦਿਸ ਜਾਂਦਾ। ਕਾਲਾ ਇਸ ਕਰਕੇ ਹੁੰਦਾ ਕਿ ਮੂਹਰਲੇ ਨੂੰ ਨਾ ਦਿਸੇ, ਕਾਲੇ ਵੀ ਦੀ ਅੰਦਰੋਂ ਦੇਖਣਾ ਥੋੜ੍ਹੀ ਜਿਹੀ ਲਾਈਟ ਨਾਲ ਵੀ ਅੰਦਰੋਂ, ਜਾਂ ਐਂ ਕਹਿਣਾ ਹੋਵੇ ਜਿਹੜੀ ਉਹਦੀ ਬੁਣਤੀ ਦੀ ਛੋਟੀ ਜਿਹੀ ਡੱਬੀ ਵੀ ਹੁੰਦੀ ਹੈ ਉਹ ਅੱਖ ਦੀ ਪੁਤਲੀ ਦੇ ਨੇੜੇ ਜਾਣ ਕਰਕੇ ਉਹ ਡੱਬਾ ਹੀ ਬਣ ਜਾਂਦਾ, ਉਹਦੇ ਵਿੱਚ ਦੀ ਸਾਫ਼ ਦਿਸਣ ਲੱਗ ਜਾਂਦਾ। ਸੋ ਕਹਿਣ ਦਾ ਮਤਲਬ ਇੰਨਾ ਹੀ ਹੈ ਕਿ ਦਿਸਦਾ ਹੁੰਦਾ। ਜੇ ਫਿਰ ਵੀ ਕੋਈ ਇਹ ਕਹਿੰਦਾ ਵੀ ਉਹਦੇ ਕੋਲ ਟ੍ਰੇਨਿੰਗ ਵਾਲੀ ਵਧੀਆ, ਉਹਨੇ ਕੋਈ ਤੀਜੀ ਅੱਖ ਉਹਦੀ ਉਹ ਕਰਤੀ ਖੋਲ੍ਹਤੀ, ਉਹਨੇ ਕੋਈ ਮਿਡ ਬ੍ਰੇਨ ਐਕਟੀਵੇਟ ਕਰਤਾ, ਜੇ ਫਿਰ ਵੀ ਕਿਸੇ ਨੂੰ ਐਂ ਲੱਗਦਾ ਤਾਂ ਤਰਕਸ਼ੀਲ ਸੁਸਾਇਟੀ ਦਾ 500,000 ਦਾ ਨਾਮ ਆ ਪੰਜਾਬ ਦਾ, ਤਰਕਸ਼ੀਲ ਸੁਸਾਇਟੀ ਭਾਰਤ 1 ਕਰੋੜ ਦਾ ਰੱਖੀ ਬੈਠੀ ਹੈ। ਜੇ ਦੱਖਣ 'ਚ ਚਲੇ ਜਾਈਏ 20-20 ਲੱਖ ਵਾਲੇ, ਜੇ ਸਾਰਾ ਜੇ ਸਾਡੇ ਕੈਨੇਡਾ ਵਾਲੀ ਸੁਸਾਇਟੀ ਹੈ ਉਹਨਾਂ ਦਾ $50,000 ਦਾ, ਐਂ UK ਵਾਲੀ ਹੈ ਉਹਨਾਂ ਦਾ ਪਾਉਣਾ, ਜੇ ਐਂ ਸਾਰਾ ਕਰਨਾ ਹੋਵੇ 10-12 ਕਰੋੜ ਰੁਪਈਆ। ਫਿਰ ਵੀ ਜੇ ਕਿਸੇ ਕੋਲ ਇਹ ਸ਼ਕਤੀ ਹੈ, ਟ੍ਰਿਕ ਨਹੀਂ ਸ਼ਕਤੀ ਹੈ, ਉਹ ਸ਼ਕਤੀ ਦਾ ਪ੍ਰਦਰਸ਼ਨ ਤਰਕਸ਼ੀਲ ਸੁਸਾਇਟੀ ਵੱਲੋਂ ਅੱਖਾਂ ਬੰਦ ਕਰਨ ਤੋਂ ਬਾਅਦ ਪੜ੍ਹ ਸਕਦਾ ਹੋਵੇ ਤਾਂ ਇੰਨਾ ਇਨਾਮ ਮਿਲ ਸਕਦਾ। ਹੁਣ ਤੱਕ ਤਰਕਸ਼ੀਲ ਸੁਸਾਇਟੀ ਕੋਲ ਕਿੰਨੇ ਅਜਿਹੇ ਕੇਸ ਆਏ ਨੇ ਜਿਨ੍ਹਾਂ ਨੂੰ ਤੁਸੀਂ ਮਤਲਬ ਹਰਾ ਕੇ ਭੇਜਿਆ, ਜਾਂ ਕਿੰਨੇ ਕੇਸ ਜਿਹੜੇ 500,000 ਤੁਹਾਡੇ ਤੋਂ ਲੈ ਕੇ ਗਏ ਅੱਜ ਤੱਕ? 500,000 ਤਾਂ ਜਿੱਦੇ ਲੈ ਗਏ ਉਹਦੇ ਤਾਂ ਅਸੀਂ ਸੁਸਾਇਟੀ ਭੰਗ ਕਰ ਦਿਆਂਗੇ। ਸਭ ਤੋਂ ਪਹਿਲਾਂ ਜਿਹੜੀ ਰਿਟਨ ਚੈਲੰਜ ਹੋਇਆ ਉਹ ਹੁਸ਼ਿਆਰਪੁਰ ਦੀ ਪਾਰਟੀ ਸੀ ਬ੍ਰੇਨ PDA ਵਾਲੀ, ਉਹਨਾਂ ਨੇ ਸੈਮੀਨਾਰ ਲਾਇਆ ਜੀਰੇ, ਜੀਰੇ ਵੀ ਆਪਣੀ ਬਹੁਤ ਐਕਟਿਵ ਇਕਾਈ ਹੈ, ਅਬੇਦਪੁਰ ਕਾਸ ਸੋਨੀ ਹੁਰੀ ਗੁਰਚਰਨ ਨੂਰਪੁਰ ਹੁਣੀ ਉੱਥੇ ਮੈਂਬਰ ਨੇਗੇ, ਮੀਡੀਆ ਵਾਲੇ ਵੀ ਸਾਰੇ ਮਿੱਤਰ ਪਿਆਰੇ ਜਾਣਦੇ ਸੀ। ਜਦੋਂ ਉਹਨਾਂ ਨੇ ਸ਼ਾਮ ਨੂੰ ਸੈਮੀਨਾਰ ਲਾਇਆ, ਬੱਚੇ ਪਰਫੋਰਮ ਕੀਤੇ, 2 ਬੱਚੇ ਲਿਆਏ, ਉਹਦਾ ਧੜਾ ਧੜ ਪੜੀ ਜਾਣ, ਅਤੇ ਮੈਨੂੰ ਵੀ ਫੋਨ ਆਇਆ ਵੈਸੇ ਅਸੀਂ ਤਾਂ ਇਸ ਗੱਲ 'ਤੇ ਕਿੰਤੂ ਕਰਦੇ, ਕਹਿੰਦੇ ਜੀ ਉਹ ਪੜ੍ਹ ਰਿਹਾ। ਮੈਂ ਕਿਹਾ ਤੁਸੀਂ ਕੁਛ ਨਹੀਂ ਐਂ ਨਹੀਂ ਆ, ਉਹਨੂੰ ਕਹਿ ਪੱਟੀ ਖੋਲ੍ਹ, ਉਹਦੀਆਂ ਅੱਖਾਂ ਦੇ ਇੱਥੇ ਇਸ ਤਰ੍ਹਾਂ ਹੱਥ ਕਰਕੇ ਬੰਦ ਕਰ ਲਓ, ਕੋਈ ਰੌਲਾ ਹੀ ਨਹੀਂ ਹੈ। ਉਹ ਕਹਿੰਦੇ ਜੀ ਇਹ ਤਾਂ ਕਹਿੰਦੇ ਬੱਚਾ ਨਰਵਸ ਹੁੰਦਾ, ਦੂਜੇ ਦਾ ਤਾਂ ਹੱਥ ਨਹੀਂ ਲੱਗ ਸਕਦਾ। ਮੈਂ ਕਿਹਾ ਤੁਸੀਂ ਐਂ ਕਰੋ ਲਾਈਟਾਂ ਬੁਝਾ ਦਿਓ, ਕਿਉਂਕਿ ਸ਼ਾਮ ਨੂੰ ਸੀ, ਲਾਈਟਾਂ ਬੁਝਾ ਦਿਓ ਇਹਨੇ ਸੁੰਘ ਕੇ ਪੜ੍ਹਨਾ। ਕਹਿੰਦੇ ਜੀ ਨਾ, ਲਾਈਟਾਂ ਬੁਝਾਏ ਤੋਂ ਤਾਂ ਗਿਆਨ ਇੰਦਰੀ ਕੰਮ ਹੀ ਨਹੀਂ ਕਰਦੀ। ਅੱਛਾ, ਮੈਂ ਵੀ ਫਿਰ ਦੋ ਹੀ ਆ। ਤੀਜੀ ਗੱਲ ਇਹ ਹੈ ਵੀ ਫਿਰ ਪੱਟੀ ਇਹਨਾਂ ਵਾਲੀ ਨਹੀਂ ਆਪਾਂ ਬੰਨ ਸਕਦੇ। ਚੱਲਦੀ ਚੱਲਦੀ ਗੱਲ ਇਸ ਥਾਂ 'ਤੇ ਆ ਗਈ ਵੀ ਭਾਈ ਸਾਡੇ ਨਾਲ ਆਓ, ਸ਼ਰਤ ਅਸੀਂ ਦੇਵਾਂਗੇ 500,000। ਇਹਦੇ ਲਈ ਇੱਕ ਦਿਨ ਮੈਂ ਨਿਸ਼ਚਿਤ ਕਰ ਲਿਆ ਵੀ ਭਾਈ ਆਪਾਂ ਸ਼ਰਤਾਂ ਤੈਅ ਕਰਾਂਗੇ। ਸ਼ਰਤਾਂ ਤੈਅ ਕੀਤੀਆਂ, ਉਹਨਾਂ ਨੇ ਪੈਸੇ ਲਿਆਂਦੇ, 10,000 ਸਿਕਿਉਰਿਟੀ ਦਾ ਜਮ੍ਹਾਂ ਕਰਾਇਆ, ਕਿਉਂਕਿ ਆਪਾਂ ਉਹ 10,000 ਲੈਂਦੇ ਹਾਂ ਕਿ ਹਾਲ ਦਾ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਹੁੰਦਾ। ਵੀ ਦੂਜਾ ਇਹ ਵੀ ਅਗਲੇ ਨੂੰ ਥੋੜ੍ਹੀ ਜਿਹੀ ਸਜ਼ਾ ਤਾਂ ਲੱਗੇ ਨਾ ਜੇ ਉਹ ਨਹੀਂ ਆਉਂਦਾ ਜਾਂ ਫੇਲ ਹੁੰਦਾ। ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਇਹ ਪ੍ਰੋਗਰਾਮ ਰੱਖਿਆ, ਜੂਨ 2015 ਦੀ ਗੱਲ, ਹਾਲ ਭਰਿਆ ਹੋਇਆ ਸੀ, ਕਰੀਬ 700-800 ਦਾ ਇਕੱਠ, 900 ਦਾ ਹਾਲ ਆ, 700-800 ਦਾ ਇਕੱਠ, ਅਤੇ ਉਹ ਬੱਚੇ 3 ਬੱਚੇ ਉਹ ਐਂ ਹੱਥ ਹਿਲਾਉਂਦੇ ਹੋਣ ਜਿਵੇਂ ਹੀਰੋ ਕਿਸੇ ਥਾਂ ਪਾਰਟੀਸਪੇਟ, ਕੋਈ ਮੁੱਖ ਮਹਿਮਾਨ ਨੇ ਰੀਬਨ ਕੱਟਣਾ ਹੁੰਦਾ, ਐਂਟਰੀ ਮਾਰੀ ਪੂਰੀ, ਐਂਟਰੀ ਮਾਰੀ ਬੱਚਿਆਂ ਨੇ, ਮਗਰੋਂ ਜਿਹੜੇ ਟ੍ਰੇਨਰ ਸੀ ਕਿਸੇ ਕੋਲ ਟਰਾਂਸਪੇਰੈਂਟ ਜੀ ਬਕਸਾ ਜਿਹਾ ਚੱਕਿਆ ਵਿੱਚ ਪੱਟੀਆਂ ਨੇ, ਕਿਸੇ ਕੋਲ ਉਹਦੇ 'ਚ ਸਮਾਨ ਚੱਕਿਆ, ਉਹ ਰੰਗਾਂ ਦੇ ਗੋਲੇ ਜੇ ਗੱਤੇ ਜੇ ਵੀ ਇਹ ਤੋਂ ਪੜ੍ਹਾਉਣਗੇ, ਉੱਥੇ ਲਿਆਏ, ਉਹਨਾਂ ਨੂੰ ਦੱਸਤਾ ਸੀ ਆਖੇ ਵੀ ਆਪਣੀ ਸ਼ਰਤ 'ਚ ਤੈਅ ਹੋਇਆ ਪੱਟੀ ਸਾਡੀ ਜੀ, ਅਤੇ ਸਮਾਨ ਜਿਹੜਾ ਬਣਾਉਣਾ ਇਹ ਤੁਹਾਡੇ ਬਖਸ਼ੇ ਜਿਹੇ ਵਾਲਾ ਨਹੀਂ ਆਪਾਂ ਦਿਖਾਉਣਾ, ਇਹ ਸਾਡਾ ਆਪਣੇ ਲਿਖਤੀ ਤੈਅ ਹੋਇਆ ਵਿਆ ਵੀ ਜਿਹੜੀ ਪੜ੍ਹਾਉਣੀ ਆ ਭਾਸ਼ਾ ਉਹਦੀ ਇੰਗਲਿਸ਼ ਹੋਊ, ਕਿਉਂਕਿ ਬੱਚੇ ਇੰਗਲਿਸ਼ ਮੀਡੀਅਮ ਦੇ ਆ, ਪੱਟੀ ਸਾਡੀ ਹੋਊ, ਪੱਟੀ ਨੂੰ ਹੱਥ ਨਹੀਂ ਲਾਉਣਾ ਬੱਚੇ ਨੇ, ਨਾ ਬੱਚੇ ਦੇ ਟ੍ਰੇਨਰ ਨੇ, ਬੱਚੇ ਤੋਂ 10 ਫੁੱਟ ਦੀ ਦੂਰੀ 'ਤੇ ਰਹੂ ਉਹਦਾ ਟ੍ਰੇਨਰ, ਉਹ ਬੋਲੂਗਾ ਨਹੀਂ, ਉਹ ਇਸ਼ਾਰਾ ਨਹੀਂ ਕਰੂ, ਕੁਛ ਨਹੀਂ ਕਰੂਗਾ। ਉਹ ਸਾਰੀਆਂ ਸ਼ਰਤਾਂ ਉੱਥੋਂ ਪੜ੍ਹ ਕੇ ਸੁਣਾਤੀਆਂ ਬੱਚੇ ਦੇ, ਜਦੋਂ ਪਹਿਲੇ ਬੱਚੇ ਦੇ ਲਾਈ ਐਨਕ, ਉਹ ਐਨਕ ਜਿਹੜੀ ਆਪਣੀ ਹੁੰਦੀ ਆ ਤੈਰਾਕੀ ਵਾਲੀ, ਤੈਰਨ ਵੇਲੇ ਜਿਹੜੀ ਤੈਰਨ ਵੇਲੇ ਲਾਉਂਦੇ, ਕਿਉਂਕਿ ਉਹ ਗੈਪ ਨਹੀਂ ਛੱਡਦੀ, ਪਾਣੀ ਨਹੀਂ ਜਾਣ ਦਿੰਦੀ ਅੱਖ ਤੱਕ, ਉਹ ਜਦੋਂ ਲਾਈ ਅਤੇ ਬੱਚੇ ਦੇ ਲਾਤੀ ਅਤੇ ਬੱਚੇ ਦੇ ਮੂਹਰੇ ਜਦੋਂ ਇਸ ਤਰ੍ਹਾਂ ਲਿਫਾਫੇ 'ਚੋਂ ਕੱਢ ਕੇ ਇੱਕ ਲਿਖਤ ਕੀਤੀ, ਉਹ ਬੱਚਾ ਬੋਲਦਾ ਕਹਿੰਦਾ ਇਹ ਪੰਜਾਬੀ ਮੀਡੀਅਮ 'ਚ ਲਿਖੀ ਹੈ, ਮੈਂ ਨਹੀਂ ਪੜ੍ਹ ਸਕਦਾ।
ਸੀ ਅੰਗਰੇਜ਼ੀ 'ਚ, ਜਿਹੜੀ ਜੱਜਮੈਂਟ ਕਮੇਟੀ ਬਣਾਈ ਸੀ ਅਸੀਂ ਜੱਜਮੈਂਟ ਕਮੇਟੀ ਦਿੱਤੀ, ਜੱਜਮੈਂਟ ਕਮੇਟੀ ਕਹਿੰਦੀ ਵੀ ਇਹ ਤਾਂ ਅੰਗਰੇਜ਼ੀ 'ਚ ਆ, ਸਾਰਿਆਂ ਨੂੰ ਦਿਖਾਤੀ, ਸਾਰਿਆਂ ਨੇ ਤਸੱਲੀ ਕਰਤੀ। ਚਲੋ ਜੀ, ਉਦੋਂ ਬਾਅਦ ਉਹ ਬੱਚਾ ਕਹਿੰਦਾ ਵੀ ਮੈਂ ਤਾਂ ਪੜ੍ਹ ਨਹੀਂ ਸਕਦਾ। ਉਹਨਾਂ ਨੂੰ ਐਂ ਲੱਗਿਆ ਟ੍ਰੇਨਰਾਂ ਨੂੰ ਵੀ ਯਾਰ ਹੋ ਸਕਦਾ ਇਹ ਬੱਚੇ ਤੋਂ ਸੂਤ ਨਾ ਆਇਆ ਹੋਵੇ। ਉਹਨਾਂ ਨੇ ਨੈਕਸਟ ਜਿਹੜਾ ਬੱਚਾ ਸੀ ਉਹਨਾਂ ਦਾ ਲੜਕੀ ਸੀ ਉਹ 14-15 ਸਾਲ ਦੀ, ਉਹ ਬਿਠਾਤੀ, ਜਦੋਂ ਉਹਦੇ ਅੱਖਾਂ 'ਤੇ ਬੰਨਤੀ। ਹਾਲਾਂਕਿ ਸਾਡੀ ਇਹ ਸੀਗਾ ਵੀ ਅਸੀਂ ਇੱਕ ਐਨਕ ਦੇ ਥੱਲੇ ਲੀਰ ਪੱਟੀ ਕੋਈ ਬੰਨਣੀ ਨਹੀਂ। ਉਹ ਕਹਿੰਦੇ ਨਹੀਂ ਜੀ, ਸਾਡੀ ਪੱਟੀ ਰੱਖ ਲਓ ਜੀ। ਅਸੀਂ ਆਖੇ ਵੀ ਰੱਖ ਲੈਂਦੇ ਹਾਂ ਪਰ ਬੰਨਣੀ ਨਹੀਂ, ਕਿਉਂਕਿ ਬੰਨਣ ਪਿੱਛੇ 20 ਰਾਜ ਆ। ਜਦੋਂ ਪੱਟੀ ਕੱਸ ਕੇ ਬੰਨੀ ਜਾਂਦੀ ਹੈ ਤਾਂ ਇੱਥੋਂ ਦੀ ਸਪੇਸ ਬਣ ਜਾਂਦੀ ਹੈ। ਅਸੀਂ ਪੱਟੀ ਰੱਖੀ ਥੱਲੇ ਬੱਚੀ ਦੇ ਉੱਤੋਂ ਦੀ ਉਹ ਐਨਕ ਲਾਤੀ, ਬੱਚੀ ਨੂੰ ਪੁੱਛਿਆ ਪੜ੍ਹ ਸਕਦੀ ਹਾਂ, ਕਹਿੰਦੀ ਨਾ, ਸਿਰ ਮਾਰਤਾ। ਫਿਰ ਤੀਜਾ ਬੱਚਾ ਉਹਨਾਂ ਨੇ ਪੇਸ਼ ਹੀ ਨਹੀਂ ਕੀਤਾ, ਇਹ ਸੀ ਪਹਿਲੀ ਸ਼ਰਤ ਆ। ਫਿਰ ਕੀ ਹੋਇਆ, ਡੱਬ ਵਾਲੀ ਆ ਗਿਆ। ਕੋਈ ਸ਼ਰਤ ਤਾਂ ਨਹੀਂ ਲੱਗੀ, ਕਿਸੇ ਨੇ ਐਂ ਸੈਮੀਨਾਰ ਕਰਿਆ, ਪੈਸੇ ਇਕੱਠੇ ਕਰ ਲਏ, 1,80,000 ਰੁਪਇਆ, ਰੌਲਾ ਪੈ ਗਿਆ, ਪੁਲਿਸ ਕੇਸ ਹੋ ਗਿਆ, ਪੁਲਿਸ ਆ ਗਈ, ਸਾਡੀ ਡੱਬ ਵਾਲੀ ਇਕਾਈ ਵੀ ਪਹੁੰਚ ਗਈ। ਉਹ ਕਹਿ ਵੀ 420 ਕਰਦੇ ਆ, ਜ਼ਿਆਦਾ ਇਹਨੂੰ ਕਹੋ ਵੀ ਬੱਚਾ ਪੜ੍ਹੇ, ਅਸੀਂ ਕਰਦੇ ਹਾਂ ਅੱਖਾਂ ਬੰਦ, ਅਤੇ ਜਾਂ ਫਿਰ ਪੈਸੇ ਮੋੜੇ। ਉਹ ਇਸ ਹੀ ਬੜੇ ਵਧੀਆ ਸੀ, ਮੈਨੂੰ ਨਾਂ ਨਹੀਂ ਅੱਜ ਯਾਦ, ਕਿਉਂਕਿ 15 ਦੀ ਆ ਗੱਲ। ਤਾਂ ਉਹ ਕਹਿੰਦਾ ਵੀ ਉਹਨਾਂ ਨੂੰ ਪੁੱਛ ਲਿਆ ਉਹਨੇ ਜਿਹੜੇ ਸੀਗੇ ਟ੍ਰੇਨਰ, ਵੀ ਭਾਈ ਪੁਲਿਸ ਕੇਸ ਦਰਜ ਕਰਦੀ ਕਿ ਪੈਸੇ ਮੋੜਦੇ ਆ? ਕਹਿੰਦੇ ਜੀ 1-2-3 ਪੈਸੇ ਹੀ ਮੋੜ ਦਿੰਦੇ ਅਸੀਂ। 12,000 ਰੁਪਇਆ ਇੱਕ ਬੱਚੇ ਤੋਂ ਇਕੱਠਾ ਕੀਤਾ ਸੀ, ਸਾਰੇ ਪੈਸੇ ਉਹਨਾਂ ਨੇ ਮੋੜਤੇ। ਉਹ ਤੋਂ ਬਾਅਦ ਲਗਾਤਾਰ ਜਿਵੇਂ ਗੁਰਦਾਸਪੁਰ ਕਾਈ ਕੋਲ ਆ ਗਿਆ, ਤਰਨ ਤਾਰਨ ਕੋਲ ਆ ਗਿਆ, ਇਸ ਤੋਂ ਬਿਨਾਂ ਇੱਕ ਬੜਾ ਗੋੜਾ ਪਿੰਡ ਹਰਿਆਣੇ 'ਚ ਪੈਂਦਾ, ਉੱਥੋਂ ਆਇਆ, ਉਹਨਾਂ ਨੇ ਵੀ ਲਿਖਤੀ ਕਾਰਵਾਈ ਕੀਤੀ। ਪਰ ਅਸੀਂ ਵੇਖਿਆ ਕਿ ਉਹ ਕੋਈ ਪੜ੍ਹ ਨਹੀਂ ਸਕਦਾ, ਕਿਉਂਕਿ ਕਾਰਨ ਇੱਕੋ ਹੀ ਹੈ ਵੀ ਅੱਖਾਂ ਜਿਹੜੀਆਂ, ਜਿਹੜੀ ਗਿਆਨ ਇੰਦਰੀ ਅੱਖ ਦੇਖਣ ਦਾ ਕੰਮ ਇਹਨੂੰ ਕਰਦੀ ਹੈ, ਦੂਜੀਆਂ ਇਹਦੀ ਮਦਦ ਕਰਦੀ। ਮਦਦ ਕਿਵੇਂ ਕਰਦੀਆਂ? ਤੁਸੀਂ ਆਹ ਦੇਖੋ, ਆਹ ਸੇਬ ਹੈ, ਜਿਹਨੇ ਇਹ ਪਹਿਲਾਂ ਵੇਖਿਆ ਇੱਕ ਵਾਰੀ, ਤੁਸੀਂ ਉਹਦੀਆਂ ਅੱਖਾਂ ਬੰਦ ਕਰਕੇ ਉਹਨੂੰ ਇਹ ਫੜਾ ਦਿਓ, ਉਹਨੂੰ ਪੁੱਛੋ ਵੀ ਕੀ ਆ, ਉਹ ਇਹਨੂੰ ਐਂ ਦੇਖ ਦੂਖ ਕੇ ਉਹ ਕਹੂਗਾ, ਸਮੈਲ ਵੀ ਲੈ ਲੂਗਾ ਵੀ ਸੇਬ ਦੀ ਸਮੈਲ ਆ ਰਹੀ ਹੈ, ਸੇਬ ਦਾ ਸਹਿਜ ਆ, ਉਹ ਸੇਬ ਆ। ਪਰ ਜੇ ਉਹਨੂੰ ਇਹ ਪੁੱਛ ਲਈਏ ਵੀ ਇਹਦਾ ਰੰਗ ਕੀ ਆ, ਇਹ ਨਹੀਂ ਉਹ ਦੱਸ ਸਕਦਾ। ਇਹ ਅੱਖਾਂ ਦਾ ਕੰਮ ਆ, ਰੰਗ ਦੱਸਣਾ ਅੱਖਾਂ ਦਾ ਕੰਮ। ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਖਾਂ ਦੇਖਣ ਦਾ ਕੰਮ ਕਰਦੀਆਂ, ਦੇਖੇ ਤੋਂ ਬਿਨਾਂ ਨਾ ਪੜ੍ਹਿਆ ਜਾ ਸਕਦਾ, ਨਾ ਰੰਗ ਦੱਸਿਆ ਜਾ ਸਕਦਾ, ਅਜਿਹਾ ਕੁਛ ਵੀ ਨਹੀਂ ਦੱਸਿਆ ਜਾ ਸਕਦਾ। ਪਰ ਇੱਕ ਦਾਵਾ ਉਹ ਹੋਰ ਕਰਦੇ ਆ, ਇਹ ਤਾਂ ਆ ਗਿਆ ਦੱਸਣ ਦਾ ਅੱਖਾਂ ਬੰਦ ਕਰਕੇ, ਪਰ ਉਹ ਇੱਥੋਂ ਤੱਕ ਦਾਵਾ ਕਰਦੇ ਕਿ ਸਾਹਮਣੇ ਬੈਠੇ ਬੰਦੇ ਦੇ ਦਿਮਾਗ ਵਿੱਚ ਕੀ ਚੱਲ ਰਿਹਾ, ਅਸੀਂ ਉਹ ਵੀ ਦੱਸ ਦੇਵਾਂਗੇ, ਉਹ ਕਿਵੇਂ ਹੁੰਦਾ ਜੀ? ਫਿਰ ਦੇਖੋ, ਹਜੇ ਤੱਕ ਸਾਨੂੰ ਨਹੀਂ ਮਿਲਿਆ, ਇਹ ਗੱਲ ਉਦੋਂ ਵੱਡੀ ਹੈ ਕਿਉਂਕਿ ਉਹਦੇ ਪਿੱਛੇ ਟ੍ਰਿਕ ਵੀ ਕੋਈ ਨਹੀਂ। ਇਹ ਕਈ ਵਾਰੀ ਹੁੰਦਾ ਕੀ ਹੈ, ਉਹ ਪਿੱਛੇ ਜੇ ਧਰਿੰਦਰ ਸ਼ਾਸਤਰੀ ਨੇ ਨਿੱਕੂ ਗਾਇਕ ਵਾਲੇ ਬਾਰੇ ਰੌਲਾ ਬਹੁਤ ਪਾਇਆ ਸੀ ਵੀ ਧਰਿੰਦਰ ਸ਼ਾਸਤਰੀ ਬਗੇਸ਼ਵਰ ਧਾਮ ਵਾਲਾ, ਉਹ ਤਾਂ ਜੀ ਪਰਚੀ 'ਤੇ ਲਿਖ ਦਿੰਦਾ, ਐਂ ਕਰ ਦਿੰਦਾ। ਰੌਲਾ ਕੀ ਹੈ ਕਿ ਤੁਸੀਂ ਦੋ ਗੱਲਾਂ ਲਿਖਣੀਆਂ, ਉਹ ਤਾਂ ਚਲੋ ਉਹਦਾ ਕੀ ਹੈ, ਉਹ ਵੱਖਰੀ ਗੱਲ ਹੈ। ਧਰਿੰਦਰ ਸ਼ਾਸਤਰੀ ਉਹਨਾਂ ਦੇ ਤਾਂ ਮੋਟਾ ਜਿਹਾ ਵੀ ਇੱਕ ਪੇਟੀ ਲਾਈ ਹੈ, ਜਿਹੜਾ ਆਇਆ ਜਿਹਨੇ ਆਪਦੀ ਪਰਚੀ ਕਢਾਉਣੀ ਆ ਉਹਦਾ ਨਾਮ ਬਾਇਓਡਾਟਾ ਲਿਖ ਕੇ ਪੇਟੀ 'ਚ ਪਾ ਕੇ ਜਾਵੇ ਪਹਿਲਾਂ, ਫਿਰ ਉਹ ਦੱਸਦੇ ਆ। ਉਦੋਂ ਬਾਅਦ ਪਤਾ ਨਹੀਂ ਕਿੱਦਾਂ ਉਹਦਾ ਨਾਮ ਪਰਚੀ ਨਿਕਲੇ, ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਪਤਾ ਸੋਸ਼ਲ ਮੀਡੀਆ ਨਾਲ ਹਰੇਕ ਜੁੜਿਆ, ਤੁਸੀਂ ਸੋਸ਼ਲ ਮੀਡੀਆ 'ਤੇ ਉਹਦਾ ਸਾਰਾ ਬਾਇਓਡਾਟਾ ਜੋ ਕੁਛ ਮਰਜ਼ੀ ਉਹਦੇ ਬਾਰੇ। ਨੰਬਰ ਇੱਕ। ਨੰਬਰ ਦੋ, ਉਹ ਕੀ ਕਰਦੇ ਆ ਕਿਸੇ ਫੇਮਸ ਸ਼ਖਸੀਅਤ ਨੂੰ ਉਹਨੂੰ ਦੱਸਦੇ ਆ, ਉਹਦੇ ਬਾਰੇ ਬਹੁਤ ਕੁਛ ਆਮ ਲੋਕਾਂ ਨੂੰ ਪਤਾ ਹੁੰਦਾ। ਹੁਣ ਗੱਲ ਉਹਦੇ ਬਾਰੇ ਕੀ ਸੀ ਵੀ ਉਹਦੀ ਗਾਇਕੀ ਖੜ ਗਈ ਸੀ, ਅਤੇ ਗਾਇਕੀ ਖੜ ਗਈ ਸੀ ਜਿਵੇਂ ਆਮ ਲੋਕ ਜਾਂਦੇ ਆ ਵੀ ਕਿਸੇ ਬਾਬੇ ਤੋਂ ਥੋੜ੍ਹਾ ਪਾ ਲਓ, ਕਿਸੇ ਤੋਂ ਆਹ ਕਰਾ ਲਓ, ਉਹ ਨਿੱਕੂ ਬਾਬੇ ਕੋਲ ਜਾ ਵੜਿਆ। ਕਹਿਣ ਦਾ ਮਤਲਬ ਕੀ ਹੈ, ਇੰਨਾ ਕੀ ਹੈ ਵੀ ਉਹ ਟ੍ਰਿਕ ਬਣੇ ਆ ਕੁਛ ਦੱਸਣ ਵਾਲੇ। ਹੋਰ ਇਦੋਂ ਵੱਧ ਊਂ ਜੇ ਕਿਸੇ ਨੂੰ ਕੋਮਨ ਗੱਲਾਂ ਐਂ ਕਹਿਣੀਆਂ ਹੋਵੇ ਵੀ ਤੇਰੇ ਮਨ ਦੀ ਗੱਲ, ਤੂੰ ਸੋਚਦਾ ਤਾਂ ਬਹੁਤ ਆ ਪਰ ਫੈਸਲਾ ਨਹੀਂ ਲੈਂਦਾ ਛੇਤੀ, ਲੈ ਕਹਿ ਦੋ ਦੱਸੋ ਕਿਹੜਾ ਬੰਦਾ ਕੋਈ ਕਹਿੰਦਾ ਆ ਕੇ ਵੀ ਮੈਂ ਸੋਚਦਾ ਤਾਂ ਬਿਨਾਂ ਮੈਂ ਤਾਂ ਸੋਚੇ ਤੋਂ ਫੈਸਲੇ ਕਰਦਾ। ਕਿਸੇ ਬੰਦੇ ਨੂੰ ਇਹ ਕਹਿ ਦਿਓ ਤੁਸੀਂ, ਤੂੰ ਤਾਂ ਦੂਜਿਆਂ ਦੇ ਬਹੁਤ ਕੰਮ ਆਉਣਾ, ਪਰ ਜਦੋਂ ਉਹਨਾਂ ਤੇਰੇ ਨੂੰ ਲੋੜ ਪਈ ਉਦੋਂ ਨਹੀਂ। ਕੋਈ ਅਗਲਾ ਕਹਿੰਦਾ ਹਾਂ, ਗੱਲ ਤਾਂ ਸੱਚੀ ਦੱਸੀ ਆ, ਮਨ ਦੀ ਗੱਲ ਆ। ਤਰਖੀ ਸਟੱਡੀ ਦਾ ਚੈਲੰਜ ਹੈ ਕਿ ਕੋਈ ਨਹੀਂ ਦੱਸ ਸਕਦਾ। ਅਸੀਂ ਤਾਂ ਇਦੋਂ ਵੀ ਵੱਧ ਕਹਿੰਦੇ ਵੀ ਮੇਰੇ ਮਨ 'ਚ ਕੀ ਆ, ਮੈਂ ਮੁੱਕਰ ਵੀ ਸਕਦਾ ਨਾ, ਉਹ ਮੈਨੂੰ ਦੱਸੇ ਮੈਂ ਮੁੱਕਰ ਜਾ, ਮੈਂ ਉਹ ਗੱਲ ਲਿਖ ਲੂੰ ਨਾਲ ਦੀ ਨਾਲ, ਉਹ ਬਾਅਦ 'ਚ ਦੱਸਦੇ, ਨਾਲੇ ਇੱਥੋਂ ਤਸਦੀਕ ਹੋ ਸਕਦੀ ਹੈ ਵੀ ਮੈਂ ਕੀ ਲਿਖਿਆ।
ਮੇਰੇ ਮਨ 'ਚ ਉਹੀ ਜੋ ਮੈਂ ਲਿਖਿਆ ਉਹ ਦੱਸਦੇ ਸੀ ਤਰਕਸ਼ੀ ਸੈਟੀ ਦਾ 5 ਲੱਖ ਦਾ ਨਾਮ। ਜਾਣੀ ਕਹਿਣ ਦਾ ਮਤਲਬ ਇਹ ਸਧਾਰਨ ਲੋਕਾਂ ਨੂੰ ਵਰਗਲਾਉਣ ਲਈ, ਸਧਾਰਨ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਤਾਂ ਬੜਾ ਸੌਖਾ ਤਰੀਕਾ, ਕਿਉਂਕਿ ਸਧਾਰਨ ਲੋਕ ਖੋਜ 'ਚ ਨਹੀਂ ਪੈਂਦੇ। ਉਹ ਤਾਂ ਇਹ ਸੋਚਦੇ ਆ ਵੀ ਯਾਰ ਉੱਥੇ ਤਾਂ ਫਲਾਣਾ ਮੰਤਰੀ ਜਾਂਦਾ, ਉੱਥੇ ਤਾਂ ਫਲਾਣਾ ਲੀਡਰ ਜਾਂਦਾ, ਉੱਥੇ ਤਾਂ ਅਫਸਰ ਜਾਂਦਾ, ਉਹਦੇ ਕੋਲ ਕੁਛ ਹੋਊ ਨਾ। ਜਾਣੀ ਜਿਹੜੇ ਬੰਦੇ ਉਹਨਾਂ ਕੋਲ ਜਾਂਦੇ ਉਹਨਾਂ ਨੂੰ ਪ੍ਰੀ ਫੀਡ ਆ ਕਿ ਜਿੱਥੇ ਤੁਸੀਂ ਆਏ ਹੋ ਇਹ ਤਾਂ ਬਹੁਤ ਪਹੁੰਚਿਆ ਵੈਸਾ, ਅਤੇ ਜਿਹਦੇ ਕਰਕੇ ਸਾਡੇ ਲੋਕ ਪਰਖ ਨਹੀਂ ਕਰਦੇ। ਸੁਸਾਇਟੀ ਦਾ ਇਹੀ ਕਹਿਣਾ, ਮੰਨ ਲਓ ਜਿਹਨੂੰ ਮਰਜ਼ੀ, ਸਾਨੂੰ ਵੀ ਨਾ ਮੰਨੋ, ਮੰਨ ਲਓ ਜਿਹਨੂੰ ਮਰਜ਼ੀ, ਪਰ ਉਹਦਾ ਪਰਖ ਤਾਂ ਕਰ ਲਓ। ਇਹ ਵੀ ਜ਼ਰੂਰੀ ਨਹੀਂ ਕਿ ਹਰ ਬੰਦਾ ਹਰ ਬੰਦੇ ਨੂੰ ਪਰਖ ਲਏ, ਹੋਰ ਸਾਧਨ ਹੈਗੇ ਆ, ਗੂਗਲ ਤੋਂ ਸਰਚ ਮਾਰ ਲਓ। ਨਿੱਕੀਆਂ ਮੋਟੀਆਂ ਗੱਲਾਂ ਲਈ ਤਾਂ ਤਰਕਸ਼ੀ ਸੁਸਾਇਟੀ ਵੀ ਦੱਸ ਦੂ ਵੀ ਭਾਈ ਕੀ ਹੁੰਦਾ ਕਿਵੇਂ ਹੁੰਦਾ, ਇਹ ਚੱਕਰ ਕੀ ਆ। ਸਾਡੇ ਕੋਲ ਤਾਂ ਹੁਣ ਕਹੀ ਜਾਣਗੇ ਫਲਾਣਾ ਬੰਦਾ ਸਾਡੇ ਨਾਲ ਬਾਬਾ ਠੱਗੀ ਮਾਰ ਗਿਆ, ਜਦੋਂ ਪੁੱਛੀ ਤਾਂ ਕਾਹਦੇ ਵਾਸਤੇ ਮਾਰ ਗਿਆ ਭਾਈ, ਸਾਡੇ ਨਾਲ ਜੀ ਲਾਦ ਨਹੀਂ ਸੀ ਹੁੰਦੀ, ਫਿਰ ਭਾਈ ਹੋ ਗਈ ਨਾ, ਹੋਈ ਨਹੀਂ ਤਾਂ ਹੀ ਤਾਂ ਸਾਡੇ ਨਾਲ ਠੱਗੀ ਵੱਜ ਗਈ। ਵੀ ਜਦੋਂ ਲਾਦ ਨਹੀਂ ਹੁੰਦੀ ਉਦੋਂ ਸਾਨੂੰ ਨਹੀਂ ਪੁੱਛਣ ਆਉਂਦੇ ਵੀ ਜੇ ਅਸੀਂ ਡਾਕਟਰਾਂ ਨੂੰ ਚੈੱਕ ਕਰਾ ਲਿਆ, ਲੜਕੀ ਵਾਲੇ ਪਾਸੇ ਲੜਕੇ ਵਾਲੇ ਪਾਸੇ ਦੋਸ਼ ਲੱਭਿਆ, ਆਪਾਂ ਵੀ ਰੈਸਲਾ ਕਰਕੇ 2 ਡਾਕਟਰਾਂ ਦੱਸ ਦਾਂਗੇ, ਅਗਲਾ ਦੱਸ ਦੂ ਵੀ ਇਹਦੇ 'ਚ ਸੰਭਾਵਨਾ ਕੋਈ ਨਹੀਂ, ਇਹ 'ਚ ਸੰਭਾਵਨਾ 10% ਆ, ਇਹਦੇ 'ਚ ਸੰਭਾਵਨਾ ਹੁੰਦਾ ਫਿਰ ਕੀ ਹੈ। ਜਿਹਦੋਂ ਬਾਬੇ ਨੇ ਪੈਸੇ ਲੈ ਲਏ, ਜੇ ਤਾਂ ਉਹਨੇ ਜਿਹੜੀ ਗੱਲ ਦੇ ਦਿੱਤੇ ਸੀ ਹੋ ਗਈ ਨੈਚੁਰਲੀ ਕੁਦਰਤੀ, ਫਿਰ ਤਾਂ ਉਹਨੇ ਕਹਿਣਾ ਵੀ ਬਾਬਾ ਵਧੀਆ ਕੰਮ ਹੋ ਗਿਆ, ਬਹੁਤ ਵਧੀਆ, ਉਹ 10 ਬੰਦਿਆਂ ਨੂੰ ਹੋਰ ਦੱਸਦਾ। ਅਤੇ ਜੇ ਹੋਇਆ ਨਹੀਂ ਤਾਂ 100 ਚੋਂ 90 ਬੰਦੇ ਤਾਂ ਇਹ ਕਹਿੰਦੇ ਨਹੀਂ ਵੀ ਇਹ ਫਰਾਡ ਆ, ਐਵੇਂ ਹੈ। ਜਿਹੜੇ 10 ਰਹਿ ਗਏ ਉਹ ਵੀ ਚੁੱਪ ਕਰ ਜਾਂਦੇ, ਜੇ ਕੋਈ ਇੱਕ ਅੱਧਾ ਆ ਕੇ ਉਹ ਸਾਡੇ ਕੋਲ ਆ ਜਾਂਦਾ ਸੀ ਤਾਂ ਫਿਰ ਇੱਕੋ ਹੀ ਕਹਿੰਦੇ ਹੁੰਦੇ, ਭਾਈ ਪਹਿਲਾਂ ਆਉਣਾ ਸੀ, ਲੁੱਟ ਖਾਣ ਤੋਂ ਪਹਿਲਾਂ ਆਉਣਾ ਸੀ, ਲੁੱਟ ਖਾਣ ਤੋਂ ਪਹਿਲਾਂ ਪਰਖ ਕਰੋ, ਲੁੱਟ ਖਾਣ ਤੋਂ ਪਹਿਲਾਂ ਖੋਜ ਕਰੋ। ਅਸੀਂ ਤਾਂ ਇੱਕੋ ਗੱਲ ਕਹਿੰਦੇ ਹੁੰਦੇ ਹਾਂ ਵੀ ਜਿਹੜਾ ਬੰਦਾ ਆਪ ਮੰਗ ਕੇ ਦੂਜਿਆਂ ਦੀ ਕਮਾਈ 'ਤੇ ਪਲਦਾ ਉਹ ਤੁਹਾਡਾ ਕੀ ਸਵਾਰਥ ਹੈ। ਸਵਾਲ ਇੱਥੇ ਬਾਬੇ ਦੀ ਆਪਾਂ ਗੱਲ ਕੀਤੀ ਕਿ ਪੈਸੇ ਲੈਂਦੇ ਆ, ਮਤਲਬ ਲੋਕਾਂ ਤੋਂ ਲੈਂਦੇ ਆ ਜਾਂ ਪੁੱਛਾਂ ਵਗੈਰਾ ਕੱਢਦੇ ਆ ਪਿੰਡਾਂ ਵਿੱਚ ਅਕਸਰ ਹੀ ਹੁੰਦਾ, ਪਰ ਜਿਹੜੇ ਅੱਖਾਂ ਦੇ ਪੱਟੀ ਬੰਨਣ ਵਾਲੇ ਸਿਖਾਉਂਦੇ ਆ, ਇਹ ਕਿਸ ਤਰ੍ਹਾਂ ਲੁੱਟ ਕਰਦੇ ਆ ਲੋਕਾਂ ਦੀ? ਦੇਖੋ ਲੁੱਟ ਤਾਂ ਮੈਂ ਤੁਹਾਨੂੰ ਦੱਸਤਾ, ਡੱਬਲ ਵਾਲੀ ਘਟਨਾ 'ਚ ਕੀ ਹੋਇਆ, 12-12 ਹਜ਼ਾਰ ਰੁਪਇਆ 15 ਜਣਿਆਂ ਤੋਂ ਲਿਆ, 1,80,000 ਹੋ ਗਿਆ, ਇਹ ਸਿੱਧੀ ਲੁੱਟ ਆ। ਫਿਰ ਉਦੋਂ ਅਗਲੀ ਗੱਲ ਕੀ ਹੈ ਜਿਹੜੀ, ਉਹ ਬੱਚੇ ਨੂੰ ਚੀਟਿੰਗ ਕਰਨਾ ਸਿਖਾਉਂਦੇ ਆ ਬੱਚਿਆਂ ਨੂੰ। ਆਏ ਇੱਕ ਦੋ ਬੱਚੇ, ਮੰਨ ਲਓ ਪਿੱਛੇ ਸਾਰੇ ਸਿਲਸਿਲੇ ਚੱਲਦੇ 'ਚ, ਇਸ ਸੀਜ਼ਨ ਦੀ ਗੱਲ ਆ, ਹਰ ਸੀਜ਼ਨ 'ਚ ਹੁੰਦੀ ਹੈਗਾ, ਰਤਨ ਭਾਰਦਵਾਜ ਜੀ ਨੇ ਕਰਾਚੋ ਤੋਂ, ਉਹਨਾਂ ਨੇ ਆਪਣੇ ਬੱਚੇ ਦੀ ਵੀਡੀਓ ਪਾਈ ਕਿ ਮੇਰਾ ਬੱਚਾ ਪੜ੍ਹ ਰਿਹਾ। ਕਿੱਥੋਂ ਸਿਖਾਇਆ? ਸਿੱਖਿਆ ਇਹਨੂੰ ਸਿਖਾਇਆ ਜੀ ਡਾਕਟਰ ਜਿਤੇਂਦਰ ਜੀ ਨੇ ਹਿਸਾਰ ਤੋਂ, ਉਹ ਇਸ ਗੱਲ ਦੇ ਮਾਹਰ ਆ, ਉੱਤਰੀ ਭਾਰਤ ਦਾ ਜਾਣੀ ਉਹ ਸਰਗਣਾ ਅਸੀਂ ਕਹਿੰਦੇ ਹਾਂ ਉਹਨੂੰ, ਕਿ ਉੱਤਰੀ ਭਾਰਤ 'ਚ ਸਾਰੇ ਇਹ ਜਿੰਨੇ ਹੈਗੇ ਆ ਉਹ ਸਾਰੇ ਉਹਦੇ ਲਿੰਕ 'ਚ ਆ। ਮੈਂ ਕਿਹਾ ਵੀ ਚਲੋ ਗੱਲ, ਅਸੀਂ ਤਾਂ 5 ਲੱਖ ਦੇਣਾ, ਤੂੰ ਤੈਨੂੰ ਦੇ ਦਿੰਦੇ, ਤੇਰੇ ਵਾਲੇ ਬੱਚੇ ਨੂੰ ਦੇਖ ਲਈ। ਅਤੇ ਜਦੋਂ ਉਹਨੂੰ ਥੋੜ੍ਹਾ ਜਿਹਾ ਚੈਲੰਜ ਦੇ ਰੂਪ 'ਚ ਕਿਹਾ, ਨਹੀਂ ਜੀ ਮੇਰੇ ਬੱਚੇ ਨੇ ਤਾਂ 2-3 ਦਿਨ ਹੀ ਟ੍ਰੇਨਿੰਗ ਲਈ ਹੈ, ਉਹ ਤਾਂ ਹਜੇ ਇਕੱਲੇ ਰੰਗ 'ਚ ਹੀ ਦੱਸਦਾ। ਠੀਕ ਹੈ, ਮੈਂ ਕਿਹਾ ਜੀ ਫਿਰ ਉਹਦੇ ਨਾਲ ਜਿਤੇਂਦਰ ਨਾਲ ਗੱਲ ਕਰਾ ਦਿਉ, ਉਹ ਤਾਂ ਉੱਤਰੀ ਭਾਰਤ 'ਚ ਚਲਾਉਂਦਾ। ਕੋਈ ਨਹੀਂ ਜੀ ਉਹਦੇ ਨਾਲ ਗੱਲ ਕਰਾਂਗੇ, ਅਸੀਂ ਉਹਦੇ ਨਾਲ ਗੱਲ ਕਰੀ ਸੀ, ਉਹ ਹੁਣ ਮਹਾਰਾਸ਼ਟਰ ਗਿਆ, ਕਦੇ ਉਹ ਕਹਿੰਦਾ ਮੱਧ ਪ੍ਰਦੇਸ਼ ਗਿਆ। ਉਹਨਾਂ ਦਾ ਬੜਾ ਐਂ ਨੈੱਟਵਰਕ, ਨੈੱਟਵਰਕ ਕੀ ਹੈ ਵੀ ਉਹ ਜਿਹੜਾ ਜਿਤੇਂਦਰ ਅਸਲ 'ਚ ਜਿਹੜਾ ਇਹਨਾਂ ਦਾ ਸਰਗਣਾ, ਉਹ ਪਿਛਲੇ ਸਾਲ ਮੋਗੇ ਕੈਂਪ ਲਾਇਆ, ਕੈਂਪ ਸੀ 7 ਦਿਨਾਂ ਦਾ, 2 ਦਿਨ ਕੈਂਪ ਲਾ ਕੇ ਕਹਿੰਦੇ ਵੀ ਸਾਡੇ ਤਾਂ ਕਰਮਚਾਰੀ ਨਹੀਂ ਮੰਨਦੇ ਨਾਲ ਦੇ, ਹੋਰ ਵੀ ਉਹਦੇ ਲਾਮ ਲਸ਼ਕਰ ਜਿਹਾ ਉਹਨੇ ਵਾਹਵਾ ਬਣਾਇਆ ਹੋਇਆ, ਕਲਾਸਾਂ ਲਾਉਂਦਾ ਉਹ ਵਿੱਚ, ਮਾਪੇ ਵੀ ਵਾਹ ਲੈਂਦਾ। 2 ਦਿਨ ਲਾ ਕੇ ਚਲੇ ਗਏ, 2 ਦਿਨਾਂ 'ਚ 1,20,000 ਰੁਪਇਆ ਲੈ ਗਿਆ ਉਹ, ਤੁਸੀਂ ਹਿਸਾਬ ਲਾਓ ਹੈ ਕਮਾਈ ਕਾਸੇ 'ਚ ਹੋਰ ਇੰਨੀ, ਕੁੰਡੀ ਕਿਵੇਂ ਲੱਗਦੀ ਹੈ। ਉੱਥੇ ਜਿਹੜੇ ਕੈਂਪ ਲਵਾਉਣ ਵਾਲੇ ਸੀ, ਮੈਂ ਦੇਖਿਆ ਉਹ 'ਚ 2 ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਲੋਕ ਉਹ ਜਿਹੜੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ ਵੀ ਯਾਰ ਕਿਆ ਕਮਾਲ ਆ, ਹੱਥਾਂ 'ਤੇ ਸਰੋਂ ਜਮਾਤੀ ਇਹਨੇ ਤਾਂ। ਜਿਹੜੇ ਐਂ ਪ੍ਰਭਾਵਿਤ ਹੋਣ ਵਾਲਿਆਂ 'ਚ ਮਾਸਟਰ ਪਰਮਜੀਤ ਸਿੰਘ ਘੱਲ ਕਲਾਂ ਵਾਲਾ ਵੀ ਹੈ, ਉਹਨੂੰ ਵੀ ਐਂ ਲੱਗਿਆ ਕਿਉਂਕਿ ਉਹ ਕੈਂਪ ਲਵਾਉਣ ਵਾਲਿਆਂ 'ਚ ਸੀ। ਉਹਨਾਂ 'ਚ ਕੁਲਦੀਪ ਸਿੰਘ ਹੈ, ਮਧੇ ਪਿੰਡ ਉਹਨਾਂ ਦਾ, ਉਹ ਆਪਣੇ ਨਿਹਾਲੇ ਵਾਲੇ ਕਾਰੋਬਾਰ ਕਰਦੇ ਆ,
ਉਹ ਪ੍ਰਭਾਵਿਤ ਹੋਣ ਵਾਲਿਆਂ 'ਚ ਉਹ ਵੀ ਸੀ। ਕੁਲਦੀਪ ਮੈਨੂੰ ਵੀ ਜਾਣੋ ਸੀ। ਹੌਲੀ ਹੌਲੀ ਗੱਲ ਚੱਲ ਪਈ ਵੀ ਯਾਰ ਐਂ ਕਰਦੇ ਹੋ ਤਾਂ ਕੈਂਪ 'ਚ ਸਿਖਾਉਂਦੇ। ਮੈਂ ਵੀ ਨਹੀਂ ਹੁੰਦਾ। ਹੌਲੀ ਹੌਲੀ ਗੱਲ ਚੱਲਦੀ 'ਚੋਂ ਨਿਕਲਿਆ ਵੀ ਇੱਕ ਸੁਧੀਰ ਕੁਮਾਰ ਨਾਂ ਦਾ ਭਾਰਤ ਯਾਦਵ ਨਾਂ ਦਾ ਬੰਦਾ ਯੂਪੀ ਦਾ, ਕਹਿੰਦੇ ਉਹ ਫਿਰੋਜ਼ਪੁਰ ਛਾਉਣੀ 'ਚ ਨੌਕਰੀ ਕਰਦਾ, ਉਹ ਬੰਦਾ ਉਹਦੇ ਨਾਲ ਸਭ ਤੋਂ ਨੇੜੇ ਹੈ। ਅਸੀਂ ਕਿਹਾ ਵੀ ਸਭ ਤੋਂ ਨੇੜੇ ਉਹਦੇ ਨਾਲ ਗੱਲ ਕਰਾ ਦਿਉ। ਉਹਦੇ ਨਾਲ ਫੋਨ ਨੰਬਰ ਆ ਗਿਆ, ਉਹਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦਾ ਵੀ ਹਾਂ ਅਸੀਂ ਤਾਂ ਪੜ੍ਹਦੇ, ਸਾਡਾ ਤਾਂ ਇੱਦੂ ਵੀ ਗਾਹਾਂ ਜਿਹੜਾ ਡਾਕਟਰ ਜਤਿੰਦਰ ਹੈ ਇਹ ਤਾਂ ਅੰਨਿਆਂ ਨੂੰ ਦਿਸਣ ਲਾ ਦਿੰਦਾ। ਦੋ ਤਿੰਨ ਉਦਾਹਰਨਾਂ ਦੇ ਕੇ ਮੈਨੂੰ ਆਖਿਆ ਵੀ ਚੱਲ ਉਹ ਤਾਂ ਗੱਲ ਹੁਣ ਆਪਾਂ ਅੱਜ ਕਰ ਨਹੀਂ ਸਕਦੇ, ਤੂੰ ਆਪਾਂ ਤਾਂ ਇੱਧਰਲੀ ਗੱਲ ਕਰੀਏ। ਮੈਂ ਕਿਹਾ ਯਾਦਵ ਜੀ ਫਿਰ ਆਪਾਂ ਸ਼ਰਤਾਂ ਤੈਅ ਕਰ ਲਈਏ। ਹਾਂਜੀ ਕਹਿੰਦਾ ਉਹ ਬਹੁਤ ਕਾਲਾ, ਤੈਅ ਕਰ ਲਈ। ਮੈਂ ਕਿਹਾ ਜੀ ਹਾਂ ਜ਼ਰੂਰ ਕਰੀਏ। ਫਿਰ ਆਪਾਂ ਕਿੱਥੇ ਆਈਏ, ਮੈਂ ਫਿਰੋਜ਼ਪੁਰ ਹੈ। ਮੈਂ ਕਿਹਾ ਜੇ ਤੁਸੀਂ ਬਰਨਾਲੇ ਆ ਸਕਦੇ ਹੋ ਤਾਂ ਬੜਾ ਵਧੀਆ, ਸਾਡਾ ਹੈੱਡ ਆਫਿਸ ਹੈ। ਕਹਿੰਦਾ ਬਰਨਾਲਾ ਤਾਂ ਮੈਨੂੰ ਦੂਰ ਪੈਂਦਾ। ਮੈਂ ਕਿਹਾ ਆਪਾਂ ਮੋਗੇ ਕਰ ਲੈਂਦੇ, ਨਾਲੇ ਉਨਾ ਕੁ ਤੈਨੂੰ ਪੈਂਦਾ 50 ਕਿਲੋਮੀਟਰ, 50 ਮੈਨੂੰ ਪੈਂਦਾ ਭਦੌੜ ਤੋਂ। ਕਹਿੰਦਾ ਠੀਕ ਆ, ਅਸੀਂ ਮੋਗੇ ਦਾ ਟਾਈਮ ਰੱਖ ਲਿਆ। ਹਰਜੀਤ ਜੀ ਨੇ ਉੱਥੇ ਵੱਡੀ ਉਹਨਾਂ ਦੀ ਪ੍ਰਿੰਟਿੰਗ ਪ੍ਰੈੱਸ ਹੈ, ਏਕਤਾ ਪ੍ਰਿੰਟਿੰਗ ਪ੍ਰੈੱਸ, ਬੱਸ ਸਟੈਂਡ ਦੇ ਬਿਲਕੁਲ ਕੋਲ ਆ, 1 ਮਿੰਟ ਦੇ ਡਿਸਟੈਂਸ 'ਤੇ। ਉੱਥੇ ਇਕੱਠੇ ਹੋ ਗਏ ਅਸੀਂ ਸੁਸਾਇਟੀ ਵੱਲੋਂ 3 ਜਣੇ ਸੀ, ਮੈਂ, ਮਾਸਟਰ ਸੁਰਜੀਤ ਦੌਧਰ ਅਤੇ ਵੇਦ ਪ੍ਰਕਾਸ਼ ਸੋਨੀ। ਉਹਦੇ ਨਾਲ ਉਹਨਾਂ ਨੇ ਮਾਸਟਰ ਪਰਮਜੀਤ ਨੂੰ ਬੁਲਾ ਲਿਆ, ਜਿਹੜੇ ਮੋਗੇ ਰਹਿੰਦੇ ਨੇ। ਸਾਰੇ ਬੈਠੇ, ਗੱਲਬਾਤ ਹੋਈ, ਸ਼ਰਤਾਂ ਵੀ ਲਿਖ ਲਈਆਂ। ਉਹ ਹੌਲੀ ਹੌਲੀ ਬੈਠਾ ਬੈਠਾ ਮੈਨੂੰ ਕਹਿੰਦਾ ਜੀ ਫਿਰ ਤੁਸੀਂ ਅੱਖਾਂ ਕਿਵੇਂ ਬੰਦ ਕਰੋਗੇ? ਮੈਂ ਕਿਹਾ ਵੀ ਅੱਖਾਂ ਤਾਂ ਸਾਡੇ ਕੋਲ ਸੌਖਾ ਜਿਹਾ ਸਾਧਨ ਆ, ਆਹ ਤੈਰਾਕੀ ਵਾਲੀਆਂ ਐਨਕਾਂ ਹੁੰਦੀਆਂ, ਅਸੀਂ ਤਾਂ ਲਾ ਦਿੰਦੇ ਹਾਂ, ਪੱਟੀ ਪੁੱਟੀ ਬੰਨਦੇ ਹੀ ਨਹੀਂ ਅਸੀਂ ਤਾਂ, ਸਾਨੂੰ ਨਹੀਂ ਲੋੜ ਪਈ ਕਦੇ। ਕਹਿੰਦਾ ਮੈਨੂੰ ਦਿਖਾਇਓ, ਮੈਂ ਉਹਨੂੰ ਫੜਾ ਤੀਆਂ। ਉਹਨੇ ਆਪਦੇ ਐਨਕਾਂ ਲਾਈਆਂ, ਐਨਕਾਂ ਲਾ ਕੇ ਉਹਨੇ ਜਦੋਂ ਚੈੱਕ ਕਰ ਲਿਆ, ਉਹਨੂੰ ਲੱਗਿਆ ਵੀ ਇੱਥੋਂ ਦੀ ਤਾਂ ਦਿਸਣ ਦਾ ਨਹੀਂ, ਐਨਕਾਂ ਲਾਈ ਤਾਂ ਥੱਲੇ ਦਾ ਰਬੜ ਹੈ। ਕਹਿੰਦਾ ਜੀ ਠੀਕ ਆ, ਕੋਈ ਨਹੀਂ। ਜਿਹੜਾ ਬੰਦਾ ਕਹਿੰਦਾ ਸੀ ਮੈਂ 10,000 ਰੁਪਇਆ ਅੱਜ ਜਮ੍ਹਾਂ ਕਰਾਉਣਾ ਹੈ, ਮੈਂ ਜੀ ਫਿਰ ਜਤਿੰਦਰ ਨਾਲ ਗੱਲ ਕਰਕੇ ਫਿਰ ਤੁਹਾਨੂੰ ਜਮ੍ਹਾਂ ਕਰਾਊਂ, ਕਿਉਂਕਿ ਉਹਨੇ ਲਿਆਉਣੇ ਆ ਬੱਚੇ ਤਾਂ। ਮੈਂ ਵੀ ਕਰ ਲੈ, ਕਦੋਂ ਤੱਕ ਤੂੰ, ਤੈਨੂੰ 1 ਦਿਨ ਦੇ ਦਿਓ। ਕਹਿੰਦਾ ਮੈਨੂੰ 24 ਘੰਟਿਆਂ 'ਚ ਮੈਂ ਗੱਲਬਾਤ ਫਾਈਨਲ ਕਰਕੇ ਤੁਸੀਂ ਮੈਨੂੰ ਬੈਂਕ ਅਕਾਊਂਟ ਦਿਓ ਸੁਸਾਇਟੀ ਦਾ, ਮੈਂ ਉਹ 'ਚ 10,000 ਭੇਜ ਦੂੰ। ਮੈਂ ਵੀ ਠੀਕ ਆ, ਤੈਨੂੰ 2 ਦਿਨ ਦਿੱਤੇ ਜੀ। ਤੋ ਜੀ 2 ਦਿਨ ਤਾਂ ਕੀ ਆ, ਮਹੀਨੇ ਵੀ ਲੰਘ ਗਏ, ਪੈਸੇ ਤਾਂ ਕੀ ਆਉਣੇ ਸੀ। ਹੁਣ ਉਹ ਫੋਨ ਚੱਕਣੋਂ ਵੀ ਹਟ ਗਿਆ। ਉਹਦੀ ਵੀਡੀਓ ਆਪਾਂ ਸੈਂਡ ਕਰਾਂਗੇ, ਜੇ ਲੋਟ ਲੱਗਿਆ ਤਾਂ ਤੁਸੀਂ ਆਪਾਂ ਦਿਖਾ ਸਕਦੇ ਜੀ। ਜੋ ਕਹਿੰਦਾ ਵੀ ਮੈਂ ਉਹਦਾ ਨਾਮਜ਼ਦ ਕੀਤਾ, ਮੈਂ ਪੈਸੇ ਜਮ੍ਹਾਂ ਕਰਾਊਂਗਾ, ਜੇ ਉਹਨੇ ਨਾ ਚੈਲੰਜ ਕਬੂਲ ਕੀਤਾ ਤਾਂ ਮੈਂ ਉਹਦੇ ਖਿਲਾਫ਼ ਵੀਡੀਓ ਪਾਊਂਗਾ ਜੀ। ਚਲੋ ਉਹ ਫੋਨ ਚੱਕਣੋਂ ਹਟ ਗਿਆ। ਆਪਾਂ ਪਰਮਜੀਤ ਨੂੰ ਫੋਨ ਕਰਦੇ ਰਹੇ, ਉਹ ਕਹਿੰਦਾ ਰਿਹਾ ਉਹਦੇ ਨਾਲ ਤਾਲਮੇਲ ਰੱਖਿਆ। ਉਹ ਕਹਿੰਦਾ ਮੈਂ ਜੂਨ 'ਚ ਆਊਂਗਾ, ਆਪਾਂ ਮੋਗੇ ਕੈਂਪ ਲਾਵਾਂਗੇ, ਉਹ ਮੋਗੇ 'ਚ ਹੀ ਆ ਜਾਣ। ਜਾਣੀ ਹੁਣ ਉਹ ਮੋਗੇ, ਮੈਂ ਦੇਖਿਆ ਨਾ ਵੀ ਜਿਹੜਾ ਯਾਦਵ ਸੀ ਉਹ ਜਤਿੰਦਰ ਦਾ ਪੱਕਾ ਏਜੰਟ। ਮੈਨੂੰ ਤਾਂ ਬਾਅਦ 'ਚ ਗੱਲਾਂ ਬਾਤਾਂ 'ਚੋਂ ਇਹ ਵੀ ਨਿਕਲਿਆ ਕਿ ਕਿਸੇ ਲੈਵਲ 'ਤੇ ਅੱਧੋ ਅੱਧ ਕੀਤਾ ਸੀ, 5 ਲੱਖ ਨੂੰ ਅੱਧੋ ਅੱਧ ਕਰ ਲਾਂਗੇ, ਸਾਮੀ ਫਸਾਓ। ਪਰ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹ ਐਨਕਾਂ ਨਾਲ ਤਾਂ ਨੱਕ ਦੇ ਕੋਲ ਦੀ ਦਿਸਣਾ ਨਹੀਂ, ਬੱਚਾ ਤਾਂ ਫੇਲ ਹੋ ਜੂ, ਵੀ ਫਿਰ ਆਪਾਂ ਰਹਿਣ ਦਿੰਦੇ ਹਾਂ। ਉਹ ਤੋਂ ਬਾਅਦ ਕੀ ਹੋਇਆ, ਜਿਹੜੇ ਮੈਂ ਤੁਹਾਨੂੰ ਦੱਸਿਆ ਪ੍ਰਭਾਵ 'ਚ ਆ ਜਾਂਦੇ, ਉਹਨਾਂ 'ਚੋਂ ਕੁਲਦੀਪ ਨਿਹਾਲ ਸਿੰਘ ਵਾਲਾ ਵੀ ਸੀ। ਕੁਲਦੀਪ ਨਿਹਾਲ ਸਿੰਘ ਵਾਲਾ ਨੇ ਉਹਨੂੰ ਆਪਣਾ ਮੋਬਾਈਲ ਫੋਨ 'ਤੇ ਨੰਬਰ ਲਾਇਆ, ਡਾਇਲ ਕੀਤਾ। ਵੈਸੇ ਤਾਂ ਉਹਦਾ ਮੈਨੂੰ ਵੀ ਫੋਨ ਆਇਆ ਜਤਿੰਦਰ ਨੂੰ, ਮੇਰੇ ਨਾਲ ਉਹਨੇ ਵਟਸਐਪ ਕਾਲ ਕੀਤੀ ਵੀ ਕਿਤੇ ਰਿਕਾਰਡ ਨਾ ਹੋ ਜੇ ਜੀ। ਉਹਨੇ ਜਦੋਂ ਕਾਲ ਕੀਤੀ, ਕਿਉਂਕਿ ਉਹ ਉਸ ਗਰੁੱਪ 'ਚ ਸੀ, ਉਹਨੇ ਉਦੋਂ ਪਹਿਲਾਂ ਉਸ ਗਰੁੱਪ 'ਚ ਇੱਕ ਪਾਤੀ ਆਪਣਾ ਮੈਸੇਜ ਪਾਤਾ ਵੀ ਤਰਕਸ਼ੀਲ ਸੁਸਾਇਟੀ ਕੁਛ ਸੰਸਥਾਵਾਂ ਨੇਗੀਆਂ, ਇਹ ਅੱਖਾਂ ਸੁੰਘ ਕੇ ਪੜ੍ਹਨ ਨੂੰ ਚੈਲੰਜ ਕਰਦੀਆਂ, ਆਪਾਂ ਉਹਨਾਂ ਦਾ ਚੈਲੰਜ ਕਬੂਲ ਕਰੋ। ਹੁਣ ਉਹਨੇ ਫੋਨ ਤਾਂ ਉਹਨੂੰ ਲਾਇਆ ਵੀ ਮੈਂ ਇਹਨੂੰ ਕਹਾਂ ਤੂੰ ਆਪਣੇ ਗਰੁੱਪ 'ਚ ਇਹੋ ਜਿਹੀਆਂ ਨਾ ਪਾਇਆ ਕਰ। ਉਹਨੇ ਕਹਾ ਕੁਲਦੀਪ ਜੀ ਨੇ ਉਹਨੂੰ ਕਹਿਤਾ ਵੀ ਫਿਰ ਤੁਸੀਂ ਚੈਲੰਜ ਕਬੂਲ ਕਰੋ ਜਦ। ਉਹ ਫਿਰ ਪਤਾ ਕੀ ਕਹਿੰਦਾ, ਉਹ ਇਹ ਤਾਂ ਐਵੇਂ ਹੁੰਦੇ ਆ ਬੰਦੇ, ਇਹ ਤਾਂ ਰੌਲਾ ਪਾਉਣ ਵਾਲੇ ਹੁੰਦੇ ਆ, ਇਹ ਤਾਂ ਭੱਜ ਜਾਂਦੇ, ਤਾਂ ਆਉਂਦੇ ਨਹੀਂ ਇਹੋ ਜਿਹੀਆਂ ਗੱਲਾਂ। ਉਹਦੀ ਤੁਹਾਨੂੰ ਮੈਂ ਆਡੀਓ ਦਿਉਂ, ਕੋਸ਼ਿਸ਼ ਕਰਿਓ ਜੇ ਇਹਦੇ 'ਚ ਚੱਲ ਜੇ ਤਾਂ ਜਤਿੰਦਰ ਦੀ। ਸੋ ਕਹਿਣ ਦਾ ਮਤਲਬ ਕੀ ਹੈ ਵੀ ਕੁੱਲ ਮਿਲਾ ਕੇ ਅਖੀਰ ਨੂੰ ਇਹਨਾਂ ਨੇ ਰੌਲੇ ਗੋਲੇ 'ਚ ਗੱਲ ਪਾ ਕੇ ਭੱਜਣਾ ਹੁੰਦਾ ਵੀ ਸਾਡਾ ਪਰਦਾ ਫਾਸ ਨਾ ਹੋ ਜੇ। ਆਪਣੇ ਮੀਡੀਆ ਰਾਹੀਂ ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਕਦੇ ਵੀ ਇਹਨਾਂ ਨੂੰ ਆਪਦੀ ਗੱਲ 'ਤੇ ਯਕੀਨ ਹੋਵੇ, ਉਹ ਤਰਕਸ਼ੀ ਸਿਟੀ ਨੂੰ ਦੀ ਚੁਣੌਤੀ ਕਬੂਲ ਕਰ ਸਕਦੇ ਆ। ਔਰ ਉਹ ਸਾਰੇ ਦਰਸ਼ਕ
ਜਿਹੜੇ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਐਵੇਂ ਕਿਸੇ ਦੀਆਂ ਗੱਲਾਂ 'ਚ ਨਾ ਆਇਆ ਕਰੋ, ਕਿਸੇ 'ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਆਪ ਪੜਤਾਲ ਕਰ ਲਿਆ ਕਰੋ। ਜੇ ਥੋਤੋਂ ਨਹੀਂ ਹੁੰਦੀ ਤਾਂ ਤਰਕਸ਼ੀਲ ਸੁਸਾਇਟੀ ਨੂੰ ਜਾਂ ਮੇਰੇ ਨੰਬਰ 'ਤੇ 9872874620 'ਤੇ ਕਾਲ ਕਰਕੇ ਤੁਸੀਂ ਇੰਨਾ ਕੁ ਪੁੱਛ ਲਿਆ ਕਰੋ ਵੀ ਆਹ ਗੱਲ ਸਾਡੇ ਇਲਾਕੇ 'ਚ ਚੱਲਦੀ ਹੈ, ਇਹ ਸੱਚੀ ਹੈ ਝੂਠੀ ਹੈ, ਇਹਦੇ ਪਿੱਛੇ ਕਾਰਨ ਕੀ ਹੈ, ਇਹਦੇ ਪਿੱਛੇ ਠੱਗੀ ਕੀ ਹੈ, ਇਹਦੇ ਪਿੱਛੇ ਢੌਂਗ ਕੀ ਹੈ। ਸੋ ਕਹਿਣ ਦਾ ਮਤਲਬ ਕਿ ਸਾਡੇ ਲੋਕਾਂ ਨੂੰ ਕਿਸੇ ਦੇ ਐਵੇਂ ਨਹੀਂ ਮਗਰ ਲੱਗਣਾ ਚਾਹੀਦਾ ਕਿ ਫਲਾਣਾ ਬਾਬਾ, ਫਲਾਣਾ ਪੜ੍ਹਿਆ ਲਿਖਿਆ, ਫਲਾਣਾ ਲੀਡਰ, ਫਲਾਣਾ ਅਫਸਰ, ਉਹ ਵੀ ਉਹਦੇ ਜਾਂਦਾ, ਉਹ ਐਂ ਕਰ ਦਿੰਦਾ, ਇਹਨਾਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੁੰਦੀ ਜੀ। ਆਖਰੀ ਸਵਾਲ ਹੈ, ਲੋਕ ਉਹ ਕਹਿੰਦੇ ਆ ਕਿ ਕੋਈ ਵੀ ਸਾਡੇ ਕੋਲ ਆਪਣਾ ਬੱਚਾ ਭੇਜ ਸਕਦਾ, ਅਸੀਂ ਕੁਝ ਮਹੀਨਿਆਂ ਵਿੱਚ ਟ੍ਰੇਨ ਕਰ ਦਿਆਂਗੇ ਉਹਨਾਂ ਨੂੰ। ਮਤਲਬ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸੋਸ਼ਲ ਮੀਡੀਆ, ਪੜ੍ਹਿਆ ਲਿਖਿਆ ਜ਼ਮਾਨਾ, ਵੀ ਘਰ ਜਿਹੜੇ ਮਾਪੇ ਉਹ ਕਿਉਂ ਭੇਜਦੇ ਆ ਅਜਿਹੀਆਂ ਥਾਵਾਂ 'ਤੇ ਸਿੱਖਣ ਲਈ? ਵਧੀਆ ਸਵਾਲ ਹੈ ਮਿੱਤਰੋ ਜੀ, ਮਾਪੇ ਕਿਉਂ ਭੇਜਦੇ? ਰੌਲਾ ਇੱਥੇ ਹੀ ਖੜਾ, ਉਹ ਕਿਹੜੀ ਗੱਲ ਹੈ ਜਿਹਦੇ ਕਰਕੇ ਇਹਨਾਂ ਦੀ ਠੱਗੀ ਬਾਦ ਦਸਤੂਰ ਜਾਰੀ ਰਹਿੰਦੀ ਹੈ, ਇਹ ਬੰਦ ਨਹੀਂ ਹੁੰਦੀ। ਸਾਡੇ ਇਸ ਸਮਾਜ 'ਚ ਜਿੰਨੀ ਬੇਰੁਜ਼ਗਾਰੀ ਹੈ, ਨਿਸ਼ਾਨਾ ਕੋਈ ਨਹੀਂ, ਕਿਹਦਾ ਕੀ ਬਣਨਾ? ਨਿਸ਼ਾਨਾ ਤਾਂ ਮਾਪਿਆਂ ਦਾ ਕੋਈ ਨਹੀਂ ਸੀ, ਕਿਸੇ ਨੇ ਪੜ੍ਹਾਈ ਤਾਂ ਕੀਤੀ ਟੀਚਰ ਲੱਗਣ ਦੀ, ਜਿਹੋ ਜਿਹੇ ਹਾਲਾਤ ਨੇ ਸਰਵਿਸਾਂ ਦੇ, ਅਤੇ ਖੋਲ੍ਹਣਾ ਪਿਆ ਉਹਨੂੰ ਅਖੀਰ ਨੂੰ ਮੱਖੀ ਫਾਰਮ, ਖੋਲ੍ਹਣਾ ਪਿਆ ਉਹਨੂੰ ਪੋਲਟਰੀ ਫਾਰਮ, ਬੇਭਰੋਸਗੀ ਹੈ, ਰੁਜ਼ਗਾਰ ਦੀ ਕਮੀ ਹੈ, ਸਰਕਾਰ ਦੀਆਂ ਨੀਤੀਆਂ ਉਹੋ ਜਿਹੀਆਂ ਨਹੀਂ। ਅੱਛਾ, ਉਹਦੇ 'ਚ ਇੱਕ ਨੂੰ ਲੱਗਦਾ ਕਿ ਸਾਡਾ ਬੱਚਾ ਵੱਖਰਾ ਹੋਵੇ, ਸਾਡਾ ਬੱਚਾ ਤਾਂ ਦੁਨੀਆ 'ਚੋਂ ਅਲੱਗ ਤਰ੍ਹਾਂ ਦਾ ਹੋਵੇ। ਅਤੇ ਜੇ ਹੁਣ ਕਿਸੇ ਦੇ ਬੱਚੇ ਨੂੰ ਜਿਹਨੂੰ ਖੋਲ੍ਹ ਕੇ ਕਿਤਾਬ ਤਾਂ ਪੜ੍ਹਨੀ ਨਹੀਂ ਆਉਂਦੀ, ਅਤੇ ਉਹ ਅੱਖਾਂ ਬੰਨ ਕੇ ਕਿਤਾਬ ਪੜ੍ਹਨ ਲੱਗ ਜੇ, ਫਿਰ ਹੋਰ ਕੀ ਚਾਹੀਦਾ? ਅਗਲਾ ਕਹਿੰਦਾ 10-20 ਹਜ਼ਾਰ ਰੁਪਈਆ, ਇਹਦਾ ਕੀ ਆ? ਇਹ ਤਾਂ ਐਂ ਕਹਿ ਲਓ ਵੀ ਇਹ ਜਿਹੜਾ ਰਾਮਪੁਰੇ ਵਾਲਾ ਨਵਦੀਪ ਆ, ਇਹ ਕਹਿੰਦਾ ਮੈਂ 6 ਮਹੀਨੇ 'ਚ ਸਿਖਾਉਣਾ, ਜਿਹੜੇ ਬਾਕੀ ਟ੍ਰੇਨਰ ਆ ਉਹ ਤਾਂ ਕਹਿੰਦੇ 7 ਦਿਨ। ਅਮਿਤੋ ਜੀ, ਤੁਸੀਂ ਹੈਰਾਨ ਹੋਵੋਗੇ, ਜਦੋਂ ਜਲੰਧਰ ਪ੍ਰਦਰਸ਼ਨ ਹੋਇਆ ਨਾ ਹੁਸ਼ਿਆਰਪੁਰ ਦੀ ਪਾਰਟੀ ਵਾਲਾ, ਸਾਡੇ ਵੇਦ ਪ੍ਰਕਾਸ਼ ਸੋਨੀ ਨੇ ਬੱਚਾ ਸੀ ਜਸ਼ਨ 10-12 ਸਾਲ ਦਾ, ਉਹਨੂੰ 15 ਮਿੰਟਾਂ 'ਚ ਟ੍ਰੇਨਿੰਗ ਦੇ ਕੇ ਉਸੇ ਸਟੇਜ ਤੋਂ ਜਿੱਥੇ ਉਹਨਾਂ ਦਾ ਬੱਚਾ ਪੜ੍ਹ ਨਹੀਂ ਸਕਿਆ ਕਿਉਂਕਿ ਪੱਟੀ ਸਾਡੀ ਸੀ, ਜਿਵੇਂ ਇਹ ਕਰਦੇ ਆ ਉਵੇਂ ਪੱਟੀ ਬੰਨ ਕੇ ਉੱਥੇ 15 ਮਿੰਟਾਂ ਦੀ ਟ੍ਰੇਨਿੰਗ ਨਾਲ ਪੜ੍ਹ ਗਿਆ। ਪੜ੍ਹ ਕੀ ਹੈ? ਟ੍ਰੇਨਿੰਗ ਕਾਹਦੀ ਹੈ? ਟ੍ਰੇਨਿੰਗ ਤਾਂ ਇਸ ਗੱਲ ਦੀ ਆ ਵੀ ਇੱਥੋਂ ਦੀ ਦੀਂਦਾ ਕਿ ਨਹੀਂ ਦੀਂਦਾ। ਜਦੋਂ ਬੱਚਾ ਇਹ ਕਹਿੰਦੇ ਵੀ ਦੀਂਦਾ, ਲਿਆ ਕੁਛ ਮਰਜ਼ੀ, ਫਿਰ ਉਹ ਟ੍ਰੇਨਰ ਉਹਨੂੰ ਕਹਿੰਦਾ ਲੈ ਵੀ ਪੜ੍ਹਾ ਲਓ, ਜਿਹਨੇ ਪੁੱਛਣਾ ਲਿਆ ਰੰਗ, ਬਹੁਤੀਆਂ ਚੀਜ਼ਾਂ ਤਾਂ ਉਹਦੀਆਂ ਆਪਦੀਆਂ ਹੀ ਹੁੰਦੀਆਂ, ਉਹੀ ਸ਼ੋਅ ਕਰਦਾ, ਫਿਰ ਵੀ ਆਪਦੀਆਂ ਨਾਂ ਵੀ ਹੋਣ ਜੇ ਦਿਸਦਾ ਹੀ ਆ, ਫਿਰ ਚਾਹੇ ਨਵੀਆਂ। ਮੈਨੂੰ ਯਾਦ ਆ ਇੱਕ ਟੀ ਵੀ ਚੈਨਲ ਵਾਲੇ ਕੋਲ ਨਵਦੀਪ ਇਹ ਵੀ ਗਿਆ ਮਨਸਾ, ਇਹ ਉਹਦੇ ਕੋਲ ਜਾ ਕੇ ਅਤੇ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਆਏ ਆ। ਉਹਨੇ ਕੀ ਕੀਤਾ? ਉਹਨੇ ਉੱਥੋਂ ਸੈੱਲ ਚੱਕ ਲਿਆਂਦਾ, ਕਹਿੰਦਾ ਮੈਂ ਉਹਦੇ ਕੋਲ ਪਈ 1/2 ਘੰਟੇ ਦੀ ਇਹਦੀ ਰਿਕਾਰਡਿੰਗ ਨਵਦੀਪ ਦੀ, ਸੈੱਲ ਲਿਆ ਕੇ ਉਹਦੇ 'ਤੇ ਲਿਖਿਆ ਸੀ ਮੇਡ ਇਨ ਚਾਈਨਾ, ਬਰੀਕ ਜਿਹਾ ਲਿਖਿਆ ਹੁੰਦਾ, ਛੋਟੇ ਸੈੱਲ ਦੇਖੋ, ਪਹਿਲਾਂ ਤਾਂ ਸੈੱਲ ਉਹਨੇ ਉਹ ਵੀ ਪੜ੍ਹਦਾ, ਕਹਿੰਦਾ ਮੇਰੇ ਤਾਂ ਮਨ 'ਚ ਸ਼ੱਕ ਆ ਗਈ ਵੀ ਇੰਨਾ ਬਰੀਕ ਸੁੰਘ ਕੇ ਕਿਵੇਂ ਪੜ੍ਹਦਾ। ਕਹਿੰਦਾ ਮੈਂ ਕਿਹਾ ਐਂ ਨਹੀਂ, ਮੈਂ ਤਾਂ ਅੱਖਾਂ ਆਪ ਬੰਦ ਕਰੂੰ। ਕਹਿੰਦਾ ਉਹ ਤੋਂ ਇਹ ਮੁੱਕਰ ਗਿਆ, ਕਹਿੰਦਾ ਫਿਰ ਆਪਾਂ ਵੀਡੀਓ ਨਹੀਂ ਪਾਈ। ਕਹਿਣ ਦਾ ਮਤਲਬ ਆਹੀ ਹੈ ਕਿ ਲੋਕਾਂ ਦੇ ਜਾਣ ਦੀ ਵਜ੍ਹਾ ਜਿਹੜੀ ਹੈ ਉਹ ਲਾਲਚ ਹੈ ਕਿ ਸਾਡਾ ਬੱਚਾ ਦੁਨੀਆ ਤੋਂ ਵੱਖਰਾ ਹੋ। ਵੱਖਰਾ ਤਾਂ ਮਿਹਨਤ ਨਾਲ ਹੋਣਾ, ਠੱਗਾਂ ਦੇ ਝਾਂਸਿਆਂ 'ਚ ਆ ਕੇ ਨਹੀਂ ਹੋਣਾ। ਜੀ, ਬਹੁਤ ਬਹੁਤ ਧੰਨਵਾਦ ਜੀ। ਓਕੇ, ਧੰਨਵਾਦ ਜੀ। ਤਾਂ ਗੱਲਬਾਤ ਕੀਤੀ, ਤਮਾਮ ਸਵਾਲਾਂ ਦੇ ਉਮੀਦ ਕਰਦੇ ਜਵਾਬ ਮਿਲ ਗਏ ਹੋਣਗੇ, ਪਰ ਜੇਕਰ ਫਿਰ ਵੀ ਕੋਈ ਚੈਲੰਜ ਕਰਨਾ ਚਾਹੁੰਦਾ ਤਾਂ ਤਰਕਸ਼ੀਲ ਸੁਸਾਇਟੀ ਵੱਲੋਂ 5 ਲੱਖ ਦਾ ਇਨਾਮ ਰੱਖਿਆ ਗਿਆ। ਉਹ ਕਹਿੰਦੇ ਕਿ ਜਦ ਮਰਜ਼ੀ ਆਓ, ਸਾਡੀ ਸ਼ਰਤਾਂ ਮੰਨੋ ਅਤੇ ਪਰਫੋਰਮ ਕਰਕੇ ਦਿਖਾਓ ਅਤੇ 5 ਲੱਖ ਰੁਪਏ ਜਿੱਤੋ। ਅਤੇ ਨਾਲ ਦੀ ਨਾਲ ਹੋਰ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਤੁਹਾਡੇ ਇਲਾਕੇ ਵਿੱਚ ਇੱਦਾਂ ਦਾ ਤਾਂ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊ, ਦੇਖਦੇ ਰਹੋ ਲੋਕਸ ਟੀਵੀ। ਧੰਨਵਾਦ।